ਮੈਂ ਤਾਂ ਲਊਂਗੀ 25 ਲੱਖ ਰੁਪਈਆ ਕੈਸ਼ ਤੇ ਬਾਕੀ ਗੱਡੀ। ਮੈਂ ਤਾਂ ਕੁੜੀਆਂ ਦੇ ਕੁੱਲੀਆਂ ਪਕਾ ਦਿੰਦਾ, ਮੇਥੋਂ ਭਾਲਦਾ ਦਾਜ ਦਿੰਦਾ ਤੈਨੂੰ ਦਾਜ। ਨਾਲੇ ਤੂੰ ਬਹਿ ਗਿਆ ਕਿੱਥੇ ਗੰਗੂ ਤੇਲੀ ਤੇ ਕਿੱਥੇ ਰਾਜਾ ਭੋਜ। ਉਹ ਨੂੰ ਦੇ ਆਏ ਤੋਂ ਕਿਹੜਾ ਲੜਾਈ ਖਤਮ ਹੋ ਜੂ, ਇੱਕ ਵਾਰੀ ਨਾ ਵਧੀਆ ਜਵਾਨ ਸੁਧਾਰ ਲੈ ਮਾੜੀ ਜੀ ਤੂੰ। ਸੱਚੇ ਸਾਹਿਬਾ ਕਿਆ ਨਹੀਂ ਕਰਦੇ ਰੇ, ਕਿਆ ਨਹੀਂ ਕਰਦੇ ਰੇ, ਕਿਆ ਨਹੀਂ। ਸੱਚੇ ਸਾਹਿਬਾ ਕਿਆ ਨਹੀਂ ਕਰਦੇ ਰੇ। ਉਹ ਚੱਲ ਬਹਿ ਜਾਂਦੇ, ਆ ਜਾ ਦੱਸ ਮੈਨੂੰ ਤੂੰ ਕੀ ਕਹਿੰਦਾ। ਤੈਨੂੰ ਪਤੀ ਆ ਬਾਲ ਸਿੰਘ, ਅੱਜ ਜਦੋਂ ਦਾ ਮੈਂ ਵਿਚੋਲਾ ਜਿਹਾ ਬਣਿਆ ਨਾ, ਪੁੱਛਣਾ ਇੱਕ ਮਿੰਟ ਦੀ ਵਿਹਲ ਨਹੀਂ ਹੈਗੀ, ਘਰੇ ਖੜਨ ਦੀ ਵਿਹਲ ਨਹੀਂ ਹੈਗੀ। ਓਏ ਆਹੋ ਭਾਈ, ਤੈਨੂੰ 4 ਪੈਸੇ ਬਣਦੇ ਨੇ ਨਾ, ਐਂ ਕਹਿ ਤੂੰ ਵੀ ਮੇਰੀ ਦੁਕਾਨਦਾਰੀ ਪੂਰੀ ਜ਼ੋਰਾਂ 'ਤੇ ਚੱਲਦੀ ਹੈ। ਓਏ ਇਹ ਤਾਂ ਮਿਹਨਤ ਆ, ਜਿਹੜੇ ਮਰਜ਼ੀ ਕੰਮ 'ਚ ਕਰ ਲਾ। ਇੱਕ ਗੱਲ ਤਾਂ ਹੈ ਜੈ ਲੈਸਿਆ, ਆਹ ਜਿਹੜਾ ਤੂੰ 2 ਸਿਰ ਜੋੜਦਾ ਇਹ ਤਾਂ ਚੰਗੀ ਗੱਲ ਹੈ, ਪਰ ਯਾਰਾਂ ਆ ਜਿਹੜਾ ਤੂੰ ਦਾਜ ਦਹੇਜ ਪਿੱਛੇ ਧੀ ਵਾਲਿਆਂ ਨੂੰ ਤੰਗ ਕਰ ਦੇਣਾ, ਇਹ ਤੇਰੀ ਬਾਹਲੀ ਮਾੜੀ ਗੱਲ ਹੈ। ਲੜ ਜੇ ਤੇਰੇ ਕਾਲਾ ਨਾਗ। ਉਹ ਪਹਿਲਾਂ ਮੇਰੀ ਗੱਲ ਸੁਣ, ਜਿਵੇਂ ਅੱਜ ਕੱਲ੍ਹ ਰੀਤੀ ਰਿਵਾਜ਼ ਚੱਲਦੇ ਨੇ ਉਹ ਤਾਂ ਉਵੇਂ ਚੱਲਦੇ ਆ ਰਹੇ ਨੇ, ਇਹ ਕਿਹੜਾ ਮੈਂ ਬਣਾਏ ਨੇ, ਇਹ ਤਾਂ ਸ਼ੁਰੂ ਤੋਂ ਚੱਲਦੇ ਆ ਰਹੇ ਨੇ। ਓਏ ਉਹ ਤਾਂ ਗੱਲ ਤੇਰੀ ਠੀਕ ਹੈ, ਫਿਰ ਵੀ ਯਾਰ ਇੱਕ ਧੀ ਵਾਲੇ ਨੂੰ ਦਾਜ ਪਿੱਛੇ ਤੰਗ ਕਰਨਾ, ਉਹ ਦੇਖ ਉੱਪਰ ਜਾ ਕੇ ਨਾ ਲੇਖਾ ਦੇਣਾ ਪੈ ਜਾਂਦਾ। ਓਏ ਖਸਮਾ, ਤੂੰ ਤਾਂ ਉਹੀ ਗੱਲਾਂ ਛੇੜ ਕੇ ਬਹਿ ਗਿਆ, ਚੱਲ ਛੱਡ ਮੇਰੀ ਗੱਲ ਸੁਣਨ ਵਾਲੇ। ਹਾਂ ਦੱਸ। ਉਹ ਜਿਹੜਾ ਆਪਾਂ ਨੇ ਵਾਅਦਾ ਕਰਿਆ ਸੀਗਾ ਉਹ ਵਾਅਦਾ ਤੇਰੇ ਯਾਦ ਹੈ ਕਿ ਭੁੱਲ ਗਿਆ? ਹੈ ਅੱਛਾ, ਵੀ ਉਹ ਮੇਰਾ ਮੁੰਡਾ ਤੇ ਤੇਰੀ ਕੁੜੀ ਦੇ ਰਿਸ਼ਤੇ ਵਾਲੀ ਗੱਲ? ਹਾਂ ਹਾਂ ਹਾਂ, ਯਾਦ ਹੈ ਪੱਕਾ, ਕਿਉਂ ਭੁੱਲ ਗਿਆ? ਅੱਛਾ ਹਾਂ, ਯਾਦ ਹੈ ਮੇਰੇ, ਲੈ ਮੈਂ ਨਹੀਂ ਭੁੱਲਦਾ। ਮੈਨੂੰ ਤਾਂ ਐਂ ਸੀ ਮੈਂ ਬਹਾਲ ਸਿਆਂ ਬਾਲ, ਭੁੱਲ ਗਿਆ ਹੁਣ। ਓਏ ਜੈਲਿਆ, ਮੈਂ ਕਿਵੇਂ ਭੁੱਲ ਜੂੰ, ਹੋਏ ਆਪਣੀ ਰਿਸ਼ਤੇਦਾਰੀ ਵੀ ਹੈ ਤੇ ਰਿਸ਼ਤੇਦਾਰੀ ਨਾਲ ਵੱਧ ਆਪਣੀ ਯਾਰੀ ਦੋਸਤੀ ਹੈ, ਤੇ ਹੁਣ ਆਪਾਂ ਫਿਰ ਪੱਕੀ ਉਹਨੂੰ ਰਿਸ਼ਤੇਦਾਰੀ 'ਚ ਬਦਲ ਦਿੰਦੇ ਹਾਂ, ਯਾਰੀ ਦੋਸਤੀ ਨੂੰ। ਹਾਂ ਕਰੀਏ ਨਾ ਗੱਲ ਫਿਰ। ਪਰ ਹਾਂ ਇੱਕ ਗੱਲ ਹੈ, ਆਪਾਂ ਨੂੰ ਜਵਾਕਾਂ ਨਾਲ ਗੱਲ ਕਰਨੀ ਪਊ, ਘਰੇ ਆ ਜਾਈ ਕਿਸ ਟਾਈਮ? ਉਹ ਲੜ ਜੇ ਤੇਰੇ ਕਾਲਾ ਨਾਗ। ਉਹ ਖਸਮਾ, ਜਵਾਕਾਂ ਨਾਲ ਕਾਹਦੀ ਗੱਲ ਕਰਨੀ ਹੈ ਜਦੋਂ ਆਪਾਂ ਰਾਜੀ ਹੈ? ਓਏ ਆਪਾਂ ਤਾਂ ਰਾਜੀ ਹਾਂ, ਫਿਰ ਵੀ ਜਵਾਕਾਂ ਨੂੰ ਪੁੱਛਣਾ ਜ਼ਰੂਰੀ ਹੁੰਦਾ, ਤੇ ਨਾਲੇ ਸੱਚ ਗੱਲ ਸੁਣੋ ਇਹਦੇ ਲਿਆ। ਹਾਂ ਤੂੰ ਆ ਲੋਕਾਂ ਨੂੰ ਤਾਂ ਦਾਜ ਦਹੇਜ ਪਿੱਛੇ ਤੰਗ ਕਰਦਾ, ਤੇ ਹੁਣ ਤੂੰ ਕਿਵੇਂ ਕਰੇਗਾ ਉਹ ਦੱਸ ਮੈਨੂੰ। ਇਹ ਗੱਲ ਬਹਾਲ ਸਿਆਂ ਤੂੰ ਗਲਤ ਕਰ ਰਿਹਾ ਹੈ, ਆਪਣੇ 'ਚ ਕਾਹਦੇ ਦੱਸ ਦੂਜੇ? ਨਹੀਂ ਮੈਂ ਤਾਂ ਤੈਨੂੰ ਹੱਸਦਾ ਦੇਖ ਕਹਿੰਦਾ ਸੀ, ਦੇਖਦਾ ਸੀ ਵੀ ਜੈਲਾ ਲੋਕਾਂ ਦੇ ਤਾਂ ਘਰ ਦਾਜ ਨਾਲ ਭਰ ਦਿੰਦਾ, ਤੇ ਆਪਦੇ ਬਾਈ ਫਿਰ ਕਿਵੇਂ ਸੋਚਦਾ। ਲੜ ਜੇ ਤੇਰੇ ਕਾਲਾ ਨਾਕ ਖਸਮਾ, ਹੈ ਮੈਨੂੰ ਇਹ ਮਜ਼ਾਕ ਕਰਦਾ? ਉਹ ਮਜ਼ਾਕ ਵੀ ਤਾਂ ਫਿਰ ਯਾਰੀ ਦੋਸਤੀ 'ਚ ਕਰਨਾ ਚਾਹੀਦਾ। ਚੱਲ ਕੋਈ ਨਾ, ਹੁਣ ਮੈਨੂੰ ਜਾਣ ਦੇ, ਮੈਂ ਉੱਥੇ ਵੀ ਦੂਜੇ ਘਰ ਜਾ ਕੇ ਆਉਣਾ, ਉੱਥੇ ਵੀ ਕਰ ਲਾ ਪਤਾ। ਅੱਛਾ ਅੱਜ ਗੱਲ ਕਰ ਮਾੜੀ ਮੋਟੀ ਨਾ, ਮੈਂ ਤਾਂ ਗੱਲ ਕਰੂੰ ਜਾ ਕੇ, ਕੋਈ ਗੱਲ ਨਹੀਂ। ਹਾਂ ਸੱਚੀ ਬਹੁਤ ਵਧੀਆ ਨੇ ਇਹ, ਤੈਨੂੰ ਪਤਾ ਮੇਰੇ ਜਨਮ ਦਿਨ 'ਤੇ ਨਾ ਇਹਨਾਂ ਨੇ ਤਾਂ ਸਰਪ੍ਰਾਈਜ਼ ਵੀ ਪਲੈਨ ਕੀਤਾ ਸੀਗਾ, ਕੇਕ ਲਿਆਤਾ, ਸਾਰਾ ਕਮਰਾ ਸਜਾਇਆ ਬੈਲੂਨਸ ਨਾਲ, ਯਾਰ ਮੈਂ ਹੈਰਾਨ ਸੀ ਸੱਚੀ ਕਹਾਂ, ਯਾਰ ਇਹਦੇ ਹਸਬੈਂਡ ਨਾਲ ਸਭ ਨੂੰ ਮਿਲੇ। ਕਿੱਧਰ ਧਿਆਨ ਆ ਤੇਰਾ, ਮੈਂ ਤੈਨੂੰ ਆਪਦੀਆਂ ਗੱਲਾਂ ਸੁਣਾਈ ਜਾਂਦੀ ਹਾਂ, ਆਪ ਤੂੰ ਹੱਥਾਂ ਕੀ ਨਹੀਂ ਦੇਖੀ ਜਾਂਦੀ ਆ, ਉਹ ਗੱਲਾਂ ਤਾਂ ਮੈਂ ਤੇਰੀਆਂ ਸਾਰੀਆਂ ਸੁਣ ਲਈਆਂ। ਯਾਰ ਤੂੰ ਤਾਂ ਵਿਆਹ ਤੋਂ ਬਾਅਦ ਸੋਹਣੀ ਬਹੁਤ ਲੱਗਦੀ ਆ, ਦੇਖੀ ਹਾਏ ਤੇਰੇ ਸੋਹਣੇ ਦੇ ਟੌਪਸ ਪਾਏ ਨੇ, ਚੇਨ ਪਾਈ ਹੈ। ਮੇਰਾ ਨਾ ਬਸ ਹੁਣ ਇਹ ਸ਼ੌਂਕ ਹੈ ਵੀ ਮੇਰੇ ਹੱਥਾਂ 'ਤੇ ਕਦੋਂ ਜਲਦੀ ਜਲਦੀ ਮਹਿੰਦੀ ਲੱਗੇ,
ਮੈਂ ਵੀ ਯਾਰ ਵਿਆਹ ਤੋਂ ਬਾਅਦ ਵਾਲੀਆਂ ਜ਼ਿੰਮੇਵਾਰੀਆਂ ਦੇਖਣੀਆਂ ਨੇ ਵੀ ਕੁੜੀ ਦੇ ਸਿਰ ਤੇ ਕੀ ਜ਼ਿੰਮੇਵਾਰੀਆਂ ਪੈਂਦੀਆਂ। ਜ਼ਿੰਮੇਵਾਰੀਆਂ ਦੀ ਤਾਂ ਤੂੰ ਨਾ ਹੀ ਨਾ ਲੈ, ਬਥੇਰੀਆਂ ਜ਼ਿੰਮੇਵਾਰੀਆਂ ਪੈ ਜਾਂਦੀਆਂ ਨੇ ਘਰ ਵਾਲੇ ਦੀਆਂ, ਸੱਸ ਸਹੁਰੇ ਦੀਆਂ, ਰਿਸ਼ਤੇਦਾਰਾਂ ਦੀਆਂ। ਨੀ ਬਹੁਤ ਦਿਮਾਗ ਪਾਈ ਹੈ ਇਹਨਾਂ 'ਚ ਤਾਂ। ਪਰ ਨਹੀਂ ਅੜੀਏ, ਜਿਹੜਾ ਮੇਰਾ ਚਾਅ ਹੈ ਨਾ ਮਹਿੰਦੀ ਲਵਾਉਣ ਵਾਲਾ, ਇਹ ਤਾਂ ਮੈਂ ਜਲਦੀ ਹੀ ਪੂਰਾ ਕਰਨਾ ਆਪਦਾ। ਲੈ ਫਿਰ ਜਿਹੜਾ ਤੇਰਾ ਮਹਿੰਦੀ ਲਵਾਉਣ ਦਾ ਚਾਅ, ਇਹ ਤਾਂ ਤੂੰ ਵਿਆਹ ਤੋਂ ਪਹਿਲਾਂ ਵੀ ਪੂਰਾ ਕਰ ਸਕਦੀ ਆ। ਨੀ ਐਂ ਲਵਾ ਲਾ ਮਹਿੰਦੀ, ਫੇਰ ਕੀ ਹੋ ਗਿਆ? ਇਹਦੇ ਵਾਸਤੇ ਵਿਆਹ ਕਰਾਉਣਾ ਤਾਂ ਨੀ ਜ਼ਰੂਰੀ। ਓ ਇਹਨੂੰ ਬਦਲ ਦੇ, ਟੇਡਾ ਕਰ ਕਰਕੇ ਕਿੱਕਾ ਮਾਰੀ ਜਾਂਦਾ। ਉਹ ਬਦਲਾਂਗੇ, ਚੰਗਾ ਟਾਈਮ ਤਾਂ ਹੁੰਦੇ। ਕੋਈ ਸੈਲਫ ਸੁਲਫ ਵਾਲਾ ਲੈ ਲੈ, ਲਵਾਂਗੇ ਲਵਾਂਗੇ। ਬਥੇਰੀ ਬਚੋਲਗਿਰੀ ਲੈਣਾ, ਕਦੇ ਛਾਂ ਪਵਾ ਲਈ, ਕਦੇ ਕੜਾ ਪਵਾ ਲਿਆ ਕਿਸੇ ਤੋਂ। ਹੁਣ ਕਿੱਕਾ ਮਾਰੀ ਜਾਂਦਾ। ਲੜ ਜੇ ਤੇਰੇ ਕਾਲਾ ਨਾਗ, ਤੂੰ ਜੈਲੇ ਕੋਲੋਂ ਦਾਜ ਭਾਲਦਾ। ਖਸਮਾ ਮੈਂ ਤਾਂ ਕੁੜੀਆਂ ਦੇ ਕੁੱਲੀਆਂ ਪਕਾ ਦਿੰਦਾ, ਮੇਥੋਂ ਭਾਲਦਾ ਦਾਜ, ਦੰਨਾ ਤੈਨੂੰ ਦਾਜ। ਚੱਲ ਖੂ ਜਾ। ਚੱਲ ਆੜੀਏ, ਮੇਰੇ ਤਾਂ ਦਿਮਾਗ 'ਚ ਨਿਕਲਿਆ ਪਿਆ। ਲੈ ਦੱਸ ਮਹਿੰਦੀ ਦੀ ਗੱਡੀ 'ਚ ਗੱਲ ਆ, ਮੈਂ ਤਾਂ ਅੱਜ ਜਾ ਕੇ ਭਾਬੀ ਨੂੰ ਕਹੂੰਗੀ ਵੀ ਮੇਰਾ ਮਹਿੰਦੀ ਲਾ ਕੇ ਦੇ, ਨਾਲੇ ਦੇਖੂੰਗੀ ਵੀ ਰੰਗ ਕਿੰਨਾ ਕੁ ਗੂੜਾ ਹੁੰਦਾ। ਤੇਰੇ ਤਾਂ ਵਾਲੀ ਚੜੀ ਸੀ ਹੈ ਨਾ? ਹਾਂ ਹਾਂ, ਕੋਲੇ ਪੈ ਗਏ ਸੀ ਮੇਰੇ ਹੱਥਾਂ 'ਚ ਤਾਂ। ਤਾਂ ਹੀ ਤੂੰ ਆਪਦੇ ਸਾਰੇ ਘਰੇ ਇੰਨੀ ਖੁਸ਼ ਰਹਿੰਦੀ ਆ। ਲੈਣੀ ਉਹ ਹੁੰਦਾ ਤੇਰਾ ਰਾਂਝਾ ਤੁਰਿਆ। ਦੇਖ ਚੱਲ, ਮੈਂ ਤਾਂ ਜਾਂਦੀ ਹਾਂ ਹੁਣ, ਮੈਂ DMC ਲੈ ਕੇ ਫਿਰ ਘਰ ਨੂੰ ਵੀ ਜਾਣਾ ਨਾ। ਤੂੰ ਸਾਰੀ ਇਹਦੇ ਨਾਲ ਬੈਠ ਕੇ ਗੱਲਾਂ। ਚੰਗਾ ਬਾਈ, ਚੱਲ ਚੰਗਾ। ਨਾਲੇ ਫੋਨ ਫਾਨ ਕਰ ਲਿਆ ਕਰੀ ਹੁਣ, ਚੰਗਾ? ਹਾਂ ਹਾਂ, ਕਰ ਲਿਆ ਕਰੂ। ਤੁਸੀਂ ਵੀ ਫੋਨ ਚੱਕ ਲਿਆ ਕਰੀ, ਬਿਜ਼ੀ ਆਉਂਦਾ ਰਹਿੰਦਾ 24 ਘੰਟੇ ਤੇਰਾ ਫੋਨ ਵੀ। ਚੰਗਾ। ਨਾ ਕੀ ਗੱਲ, ਮੈਂ ਆਇਆ ਤੇ ਤੇਰੀ ਸਹੇਲੀ ਉੱਠ ਕੇ ਵਗੀ ਹੈ। ਤੁਹਾਨੂੰ ਪਤਾ ਤਾਂ ਹੈ ਵੀ ਉਹ ਸ਼ੁਰੂ ਤੋਂ ਹੀ ਤੁਹਾਡੇ ਤੋਂ ਸੰਗਦੀ ਆ। ਬਸ ਕਹਿੰਦੀ ਉਹ ਆਉਂਦਾ ਤੇਰਾ ਰਾਂਝਾ ਤੁਰਿਆ, ਮੈਂ ਤਾਂ ਚੱਲੀ ਕਹਿੰਦੀ, ਬਸ ਮਾਰ ਗਈ ਕਲਟੀ। ਅੱਛਾ, ਚੱਲ ਐਂ ਦੱਸ ਹੁਣ ਅੱਗੇ ਕੀ ਕਰਨਾ, ਅੱਜ ਲਾਸਟ ਦਿਨ ਹੈ ਤੇਰਾ ਕਾਲਜ 'ਚ। ਹਾਏ, ਅੱਗੇ ਤਾਂ ਕੀ ਕਰਨਾ, ਪਰ ਇਹਨੂੰ ਦੇਖ ਕੇ ਨਾ ਮੈਨੂੰ ਵਿਆਹ ਦਾ ਚਾਅ ਬਹੁਤ ਚੜਿਆ। ਮੈਂ ਤਾਂ ਵਿਆਹ ਹੀ ਕਰਵਾਉਣਾ ਬਸ ਤੁਹਾਡੇ ਨਾਲ, ਹੋਰ ਕੁਛ ਨਹੀਂ ਕਰਨਾ। ਮੇਰੇ ਨਾਲ ਵਿਆਹ ਕਰਾਉਣਾ ਉਹ ਤਾਂ ਮੈਨੂੰ ਵੀ ਪਤਾ, ਪਰ ਤੂੰ ਇਹ ਤਾਂ ਸੋਚ ਲਾ ਵੀ ਤੇਰੇ ਘਰ ਦੇ ਮੰਨ ਜਾਣਗੇ ਐਵੇਂ। ਤਾਰੀ, ਜਦੋਂ ਆਪਾਂ ਇੱਕ ਦੂਜੇ ਨੂੰ ਪਿਆਰ ਕਰ ਸਕਦੇ ਹਾਂ ਆਪਦੀ ਮਨ ਮਰਜ਼ੀ ਨਾਲ, ਫਿਰ ਆਪਾਂ ਇੱਕ ਦੂਜੇ ਲਈ ਆਪਣੇ ਘਰਦੇ ਨੂੰ ਕਿਉਂ ਨਹੀਂ ਮਨਾ ਸਕਦੇ ਵਿਆਹ ਕਰਾਉਣ ਲਈ? ਤੁਸੀਂ ਵੀ ਆਪਦੇ ਘਰੇ ਜਾ ਕੇ ਗੱਲ ਕਰੋ, ਬਾਕੀ ਮੇਰੇ ਘਰਦਿਆਂ ਦੀ ਟੈਨਸ਼ਨ ਮੈਨੂੰ ਆ, ਮੈਂ ਆਪੇ ਮਨਾ ਲੂੰਗੀ ਵੀਰੇ ਹੋਣਿਆਂ ਨੂੰ। ਓਏ ਤੂੰ ਤਾਂ ਮਨਾ ਲੇਂਗੀ, ਗੱਲ ਤਾਂ ਮੇਰੀ ਹੈ ਵੀ ਮੈਂ ਕਿਵੇਂ ਗੱਲ ਕਰੂੰ। ਨਾਲੇ ਮੇਰੀ ਗੱਲ ਸੁਣ, ਇੰਨਾ ਸੌਖਾ ਨਹੀਂ ਵਿਆਹ ਕਰਾਉਣਾ ਆਪਣਾ, ਕਿਉਂਕਿ ਤੁਸੀਂ ਹੋ ਤਕੜੇ ਲੋਕ ਅਤੇ ਅਸੀਂ ਹਾਂ ਗਰੀਬ। ਤੇਰੇ ਘਰਦੇ ਨਹੀਂ ਮੰਨਣੇ, ਮੰਨ ਜਾਣਗੇ ਦੇਖ। ਜ਼ਮੀਨ ਦੱਸ ਦਿਓ ਉਹਨਾਂ ਨੂੰ ਵੀ ਮੈਨੂੰ ਕਿੰਨੀ ਕਹਾਉਂਦੀ ਆ। ਓਏ ਬੁੱਧੂ, ਉਹ ਗਾਣਾ ਨਹੀਂ ਸੁਣਿਆ ਤੁਸੀਂ ਹੈਪੀ ਰਾਏ ਕੋਟੀ ਦਾ? ਪੱਲੇ ਜੱਟ ਦੇ 7 ਕਨਾਲਾਂ, ਜੇ ਨਿਭ ਜੂਗੀ ਤਾਂ ਲਾਲਾ ਨਹੀਂ। ਚਾਹੇ ਤੇਰੇ ਕੋਲ 7 ਕਨਾਲਾਂ ਵੀ ਨਾ ਹੁੰਦੀਆਂ, ਮੇਰੀ ਤਾਂ ਵੀ ਨਿਭ ਜਾਣੀ ਸੀ ਤੁਹਾਡੇ ਨਾਲ। ਹੁਣ ਜਦੋਂ ਸਾਰੇ ਕਾਲਜ ਅੱਗੇ ਲਾਈਏ ਨਾ, ਤਾਂ ਨਿਭਾਵਾਂਗੇ ਵੀ, ਆਪਾਂ ਵਿਆਹ ਕਰਾ ਕੇ ਦਿਖਾਵਾਂਗੇ। ਯਾਰ ਤੂੰ ਪਹਿਲੀ ਕੁੜੀ ਆ ਮਨਪ੍ਰੀਤ ਜਿਹੜੀ ਐਡੇ ਤਾਕੜੇ ਘਰੋਂ ਹੋ ਕੇ ਵੀ ਨਾ ਇੱਕ ਗਰੀਬ ਘਰ ਦੇ ਮੁੰਡੇ ਨੂੰ ਇਹ ਕਹਿਣੀ ਹੈ ਵੀ ਮੈਂ ਵਿਆਹ ਕਰਾਉਂ ਅਤੇ ਆਪਦੇ ਘਰੇ ਗੱਲ ਕਰ ਲਾਂ। ਨਹੀਂ ਅੱਗੇ ਪਤਾ ਕੀ ਹੁੰਦਾ ਵੀ ਮੁੰਡੇ ਕੁੜੀ ਨੂੰ ਕਹਿੰਦੇ ਹੁੰਦੇ ਨੇ ਵੀ ਘਰੇ ਗੱਲ ਕਰ ਲੈ ਵਿਆਹ ਕਰਾਉਣਾ, ਘਰੇ ਗੱਲ ਕਰ ਲੈ ਵਿਆਹ ਕਰਾਉਣਾ। ਮੈਂ ਕਿਸਮਤ ਵਾਲਾ ਮੇਰੀ ਨਿਗਾਹ 'ਚ ਅਮੀਰ ਗਰੀਬ ਕੋਈ ਇੰਨਾ ਮਾਇਨੇ ਨਹੀਂ ਰੱਖਦਾ ਗਾ, ਬਸ ਮੈਨੂੰ 2 ਵਕਤ ਦੀ ਰੋਟੀ ਚਾਹੀਦੀ ਆ, ਉਹ ਤਾਂ ਤੁਹਾਡੇ ਘਰੇ ਹੈਗੀ ਆ ਨਾ। ਤੁਸੀਂ ਆਪਣੀ ਮੰਮੀ ਨੂੰ ਵੀ ਤਾਂ ਖਵਾਉਂਦੇ ਹੀ ਹੋ, ਤੁਹਾਡੇ ਡੈਡੀ ਨੇ ਵੀ ਤੁਹਾਡੀ ਮੰਮੀ ਨੂੰ ਸਾਂਭਿਆ ਹੀ ਹੈ, ਤੁਸੀਂ ਵੀ ਮੈਨੂੰ ਸਾਂਭ ਲਓਗੇ? ਤੈਨੂੰ ਸਾਂਭਣ 'ਚ ਤਾਂ ਨਹੀਂ ਕੋਈ ਕਸਰ ਛੱਡਦਾ,
ਬਸ ਫਿਰ ਮੈਂ ਤਾਂ ਅੱਜ ਨਹੀਂ ਤਾਂ ਕੱਲ੍ਹ ਵੀਰੇ ਅਤੇ ਭਾਬੀ ਨਾਲ ਨਾ ਸਿੱਧੀ ਅਤੇ ਸਾਫ ਗੱਲ ਕਰ ਦੇਣੀ ਆ ਵੀ ਮੈਂ ਤਾਂ ਫਲਾਨੀ ਜਗ੍ਹਾ 'ਤੇ ਵਿਆਹ ਕਰਾਉਣਾ, ਫਲਾਨੀ ਥਾਂ ਦਾ ਮੁੰਡਾ ਹੈਗਾ ਅਤੇ ਮੁੰਡੇ 'ਚ ਆਹ ਗੁਣ ਨੇ ਬਸ। ਚੱਲ ਜੇ ਗੱਲ ਕਰੇਗੀ ਨਾ ਤਾਂ ਖੁਸ਼ਖਬਰੀ ਇਹਦੀ ਇਹ ਨਾ ਹੋਵੇ ਕਿ ਮੈਨੂੰ ਦੁੱਖੇ ਭੋਗਣਾ ਪਵੇ ਤੇਰੀ ਗੱਲ ਸੁਣ ਕੇ ਵੀ ਇਹਨਾਂ ਨੇ ਨਾ ਕਰਤੀ। ਓਏ ਨਹੀਂ ਦੁੱਖ ਭੋਗਣ ਦਿੰਦੀ, ਕਾਲਜ ਦਾ ਲਾਸਟ ਦਿਨ ਆ ਅਤੇ ਲਾਸਟ ਦਿਨ ਦਾ ਵਾਅਦਾ ਕਰਕੇ ਚੱਲੀ ਹਾਂ। ਚੱਲ ਫਿਰ ਇਹ ਦੱਸ ਜੇ ਅੱਜ ਲਾਸਟ ਦਿਨ ਹੈ ਤਾਂ ਕੀ ਖਾਏਗੀ? ਯਾਰ ਕੁਛ ਵੀ, ਜਿਹੜਾ ਕੁਛ ਤੁਸੀਂ ਖਵਾਓਗੇ। ਚੱਲ ਆ ਜਾ, ਚੱਲੀਏ ਕੰਟੀਨ। ਚਲੋ ਚਲ ਆ ਜਾ। ਕੋਈ ਗੱਲ ਨਹੀਂ, ਬਣਾ ਦੇਣੀਆਂ ਰੋਟੀਆਂ, ਮੇਰੇ ਪੁੱਤ ਨੂੰ ਆ ਲੈਂਦੇ, ਇਕੱਠੇ ਬੈਠ ਕੇ ਖਾਵਾਂਗੇ, ਗਰਮ ਗਰਮ ਲਾਉਂਗੀ ਉਹਦੇ ਆਏ ਤੇ। ਅੱਛਾ ਮੈਨੂੰ ਨਹੀਂ ਲਾ ਕੇ ਦੇਣੀਆਂ ਹਨ? ਉਹ ਮੈਂ ਵੀ ਸਾਡੇ ਨਾਲ ਹੀ ਡੱਫ ਲਈ। ਉਹ ਮੈਂ ਖੇਤ ਜਾ ਕੇ ਕਹੀ ਚਲਾਉਣੀ ਹੈ। ਜੇ ਇੱਦੇ ਵਗ ਜਾ, ਮੈਂ ਤਾਂ ਤਾਰੀ ਆਏ ਤੇ ਰੋਟੀ ਲਾਉਂਗੀ, ਬਸ ਗੱਲ ਖਤਮ। ਓਏ ਓਏ ਤੂੰ ਐ ਨਾ ਕਰ, ਓਏ ਮੈਨੂੰ ਲਾ ਦੇ ਦੋ ਰੋਟੀਆਂ, ਮੈਂ ਭੁੱਖਾ ਮਰੀ ਜਾ। ਕਿਉਂ ਕੁਲਦੀਪ ਕੋ ਐ ਕਰਦੀ ਹੁੰਨੀ ਆ ਤੂੰ? ਪਤਾ ਨਹੀਂ ਤੂੰ ਮੇਰਾ ਕਿਉਂ ਦਿਮਾਗ ਖਾਨਾ ਰਹਿਣਾ, ਤੇਰੇ ਖਾਨੇ 'ਚ ਇੱਕ ਵਾਰੀ ਵੜਦੀ ਨਹੀਂ, ਆਟਾ ਗੁੰਨੂੰਗੀ, ਰੋਟੀ ਬਣਾਉਂਗੀ, ਮੈਨੂੰ ਨਹੀਂ ਪਤਾ ਮੈਂ ਆਟਾ ਆਰੀ ਆ ਗਿਆ। ਕੀ ਗੱਲ ਹੋ ਗਈ ਮਾਂ? ਉਹ ਪੁੱਤ ਮੈਂ ਤੇਰੀ ਮਾਂ ਨੂੰ ਕਿਹਾ ਵੀ ਰੋਟੀ ਲਾ ਦੇ ਦੋ, ਮੈਂ ਖੇਤ ਜਾਣਾ ਹੈ, ਹੈ ਤੇ ਇਹ ਕਹਿੰਦੀ ਮੈਂ ਨਹੀਂ ਲਾਉਂਦੀ, ਮੇਰਾ ਜਦੋਂ ਪੁੱਤ ਆਊ ਮੈਂ ਤਾਂ ਉਦੋਂ ਲਾਹੂ ਗਰਮ ਗਰਮ। ਮੈਨੂੰ ਇੱਕ ਗੱਲ ਦੱਸ, ਜੇ ਮੈਂ ਲੇਟ ਆਵਾਂ ਤੂੰ ਬਾਪੂ ਨੂੰ ਭੁੱਖਾ ਮਾਰ ਦੇਂਗੀ ਉਦੋਂ ਤੱਕ? ਪੁੱਤ ਮੈਂ ਕਿਹਾ ਆਪਾਂ ਤਿੰਨੇ ਜਾਣੇ ਇਕੱਠੇ ਬੈਠ ਕੇ ਰੋਟੀ ਖਾਵਾਂਗੇ, ਮੈਂ ਤੇਰੇ ਆਏ ਤੇ ਗਰਮ ਗਰਮ ਰੋਟੀ ਲਾ ਦੇਣੀ ਸੀ, ਆਹ ਇੱਕ ਦੀਆਂ ਚਾਰ ਚਾਰ ਬਣਾ ਕੇ ਤੈਨੂੰ ਦੱਸਣ ਲੱਗਾ। ਪਹਿਲਾਂ ਵਾਲਾ ਸ਼ਬਦ ਬੋਲੀ, ਤਿੰਨੇ ਬੈਠ ਕੇ ਇਕੱਠੇ ਰੋਟੀ ਖਾਵਾਂਗੇ। ਹਾਂ ਹਾਂ, ਮੇਰੇ ਕਹਿਣ ਦਾ ਮਤਲਬ ਇਹੀ ਸੀ ਕਿ ਆਪਾਂ ਤਿੰਨੇ ਬੈਠ ਕੇ ਰੋਟੀ ਖਾਵਾਂਗੇ। ਅੱਜ ਮੀਂਹ ਵੀ ਮਿਲਣ ਦਾ ਤਾਂ ਹੀ ਪਈ ਜਾਂਦਾ। ਮੇਰੀ ਗੱਲ ਸੁਣ ਲਓ, ਆ ਗਵਾਂਢੀ ਕੰਧਾਂ ਤੇ ਚੜ ਚੜ ਕੇ ਦੇਖਦੇ ਨੇ, ਤੁਹਾਡੀਆਂ ਮੜੀ ਮੜੀ ਨੁੱਕ ਝੋਕ ਨਾ ਮਜ਼ਾਕ ਉੱਡਦਾ ਸਾਰੇ ਪਿੰਡ ਚ ਨਾ। ਅਸੀਂ ਕੀ ਇੱਕ ਦੂਜੇ ਦਾ ਸਿਰ ਪਾੜਦੇ ਆ? ਜਿੱਥੇ ਦੋ ਭਾਂਡੇ ਹੈਗੇ ਖੜਕਦੇ ਹੁੰਦੇ ਆ, ਨਾਲੇ ਆਂਢ ਗੁਆਂਢ ਦੇ ਨਹੀਂ ਖੜਕਦੇ, ਆ ਜਿਹੜੇ ਆਂਢ ਗੁਆਂਢ ਦੀ ਗੱਲ ਕਰਦਾ ਨਾ ਬੰਦਾ ਨਾਲ ਕੰਨ ਲਾ ਕੇ ਸੁਣਦੇ ਆ। ਇੱਕ ਵਾਰੀ ਪੁੱਤ ਤੇਰਾ ਵਿਆਹ ਹੋ ਲੈਣ ਦੇ, ਇਹਨਾਂ ਦੇ ਤਾਂ ਬੂਥੇ ਮੈਂ ਚੰਗੀ ਤਰ੍ਹਾਂ ਬੰਦ ਕਰ ਦੂੰਗੀ, ਮੈਂ ਤਾਂ ਆਂਢ ਗੁਆਂਢ ਚਾੜ ਦੂੰ ਛੱਤਾਂ ਤੇ, ਇੱਕ ਵਾਰੀ ਮੇਰੀ ਨੂੰਹ ਆ ਲੈਣ ਦੇ ਬਸ। ਉਹ ਨੂੰਹ ਦੇ ਆਏ ਤੋਂ ਕਿਹੜਾ ਲੜਾਈ ਖਤਮ ਹੋ ਜੂ? ਇੱਕ ਵਾਰੀ ਨਾ ਵਧੀਆ ਜਵਾਨ ਸੁਧਾਰ ਲੈ ਮਾੜੀ ਜੀ, ਤੂੰ ਚੰਗੀ ਤਰ੍ਹਾਂ ਬੋਲ ਪਿਆ ਕਰ, ਉਦੋਂ ਵੀ ਤੂੰ ਐਂ ਕਰਿਆ ਕਰੇਗੀ। ਨਾਲੇ ਮਾਂ ਮੈਨੂੰ ਇੱਕ ਗੱਲ ਦੱਸ, ਨੂੰਹ ਆਏ ਤੋਂ ਕੀ ਫਰਕ ਪੈ ਜੂਗਾ? ਕੀ ਲੋਕ ਕੰਧਾਂ ਤੋਂ ਚੜ੍ਹਨੋਂ ਹਟ ਜਾਣਗੇ? ਕੀ ਕੰਧਾਂ ਤੇ ਚੜ੍ਹਾਏਗੀ ਦੁਆ ਤੂੰ? ਓ ਪੁੱਤ ਤੈਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ, ਤੂੰ ਮੇਰੇ ਵਾਸਤੇ ਕੀ ਆ ਪਤਾ? ਖਾਲੀ ਚੈੱਕ। ਖਾਲੀ ਚੈੱਕ ਦਾ ਮਤਲਬ ਸਮਝਦਾ? ਤੂੰ ਕਿੱਥੋਂ ਸਮਝੇਗਾ, ਦਿਮਾਗ ਹੋਵੇ ਤਾਂ ਹੀ ਆ, ਜੋ ਬੋਲੀ ਤੇਰੇ ਪਿਓ ਬੋਲਦਾ ਉਹੀ ਤੂੰ ਹੀ ਬੋਲਦਾ। ਬਜ਼ਾਰਤਾਂ ਜੀਆਂ ਕੀ ਪਾਈ ਜਾਂਦੀਆਂ ਮਾਂ? ਕੋਈ ਨਹੀਂ ਬਜ਼ਾਰਤ ਪਾਉਂਦੀ, ਇਹੀ ਕਹਿੰਦੀ ਆ ਕਿ ਤੇਰਾ ਬਸ ਇੱਕ ਵਾਰੀ ਵਿਆਹ ਹੋ ਲੈਂਦੇ, ਬਾਅਦ ਵਿੱਚ ਲੋਕਾਂ ਨੂੰ ਦੱਸੋ ਵੀ ਕੁਲਦੀਪ ਕੌਰ ਚੀਜ਼ ਕੀ ਹੈ। ਚੱਲ ਚੰਗਾ ਮਾਂ, ਤੇਰੀਆਂ ਤੂੰ ਹੀ ਜਾਣੇ, ਮੇਰੀ ਗੱਲ ਸੁਣ, ਮੈਂ 2 ਘੰਟੇ ਤੱਕ ਫੇਰ ਆਊਂਗਾ, ਮੈਂ ਜਾ ਕੇ ਆਉਣਾ ਸ਼ਹਿਰ 'ਚ ਮੜਾ ਜਾ। ਕਿਉਂ ਹੁਣ ਸ਼ਹਿਰ ਕੀ ਕਰਨ ਜਾਣਾ? ਮਾਂ ਸਤਨਾਮ ਮਿਲਿਆ ਸੀ ਮੈਨੂੰ, ਸਤਨਾਮ ਕਹਿੰਦਾ ਜਿੰਨਾ ਟਾਈਮ ਤੇਰਾ ਵੀਜ਼ਾ ਨਹੀਂ ਆਉਂਦਾ ਉਨਾ ਟਾਈਮ ਤੈਨੂੰ ਕਿਸੇ ਇੰਸਟੀਚਿਊਟ 'ਚ ਮੈਂ ਜੌਬ ਦਵਾ ਦਿੰਦਾ। ਅੱਛਾ ਅੱਛਾ ਠੀਕ ਹੈ, ਪਰ ਰੋਟੀ ਤਾਂ ਖਾ ਲੈਂਦਾ? ਨਹੀਂ ਮਾਂ ਅਜੇ ਮੈਨੂੰ ਭੁੱਖ ਨਹੀਂ, ਜੇ ਭੁੱਖ ਲੱਗੀ ਵੀ ਮੈਂ ਉੱਥੇ ਕੁਛ ਖਾ ਲੂੰਗਾ, ਨਾਲੇ ਬਾਪੂ ਨਾ ਭੁੱਖਾ ਮਾਰ, ਵਗ ਜਾ ਖੇਤ ਤੂੰ ਵੀ ਬਾਪੂ। ਉਹ ਭਾਈ ਉਹੀ ਤਾਂ ਮੈਨੂੰ ਕਹੀ ਜਾਣਾ, ਹੁਣ ਮੇਰੀ ਗੱਲ ਸੁਣ ਲੈ, ਮੁੰਡਾ ਤਾਂ ਗਿਆ, ਹੁਣ ਤੂੰ ਮੈਨੂੰ ਰੋਟੀ ਲਾ ਦੇ ਤੇ ਮੈਨੂੰ ਖੇਤ ਭੇਜ ਦੇ ਬਸ। ਚੰਗਾ ਬਾਅਦ ਵਿੱਚ ਇਹਨਾਂ ਹੁੰਦੀ। ਚੱਲ ਫਿਰ ਚੱਲ, ਰੋਟੀ ਲਾ, ਨਹੀਂ ਦਿੰਦਾ ਹਰ ਟਾਈਮ ਰੌਲਾ ਪਾਉਂਦੀ ਰਹਿੰਦੀ ਹੈ, ਰੋਟੀ ਲਾ ਚੱਲ। ਓਏ ਅਸੀਂ ਤਾਂ ਕੈ ਵਾਰ ਆ ਗਏ ਯਾਰ, ਤੁਸੀਂ ਇਹ ਨਹੀਂ ਆਉਂਦੇ। ਉਹ ਚੱਲ ਕੋਈ ਨਹੀਂ, ਮੈਂ ਕਹਿ ਦੂੰ ਭੂਆ ਨੂੰ, ਐਡੀ ਕੀ ਗੱਲ ਹੈਗੀ, ਭੂਆ ਕੀ ਜਵਾਬ ਦਿੰਦੀ ਉਰੇ ਆਉਣ ਤੋਂ। ਚੱਲ ਠੀਕ ਆ, ਮਾਰ ਲਿਓ ਬੇਟਾ। ਠੀਕ ਆ ਠੀਕ ਆ। ਹੋਰ ਜੱਸੇ? ਵਧੀਆ ਤਾਰੀ, ਤੂੰ ਦੱਸ? ਠੀਕ ਠਾਕ ਬਾਈ, ਤੂੰ ਦੱਸ? ਪਰਿਵਾਰ ਠੀਕ ਹੈ? ਸਭ ਠੀਕ। ਹੋਰ ਫਿਰ ਕਿਵੇਂ ਮਾਰਿਆ ਗੇੜਾ ਅੱਜ? ਗੇੜਾ ਤਾਂ ਬਸ ਮੈਂ ਤਾਂ
ਫੋਨ ਕਰਿਆ ਤੇ ਜਿਹੜਾ ਮੈਂ ਚੱਲ ਜਾ ਹੀ ਆ ਮਾ ਔਰ ਤੂੰ ਦੱਸ ਵੀ ਹਾਂ ਕਿਵੇਂ ਕਹਿੰਦੇ ਕਿੱਥੇ ਜਾਓ ਦਵਾ ਉਹਨੂੰ ਕਹਿਣਾ ਉਹ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਦੇਖ ਤੂੰ ਦੱਸਦਾ ਸੀ ਤੇਰੇ ਆਈਲੈਟਸ 'ਚ ਵਧੀਆ ਬੈਂਡ ਸਕੋਰ ਆ ਗਏ ਹਾਂ ਅਤੇ ਤੂੰ ਫਾਈਲ ਵੀ ਲਾ ਰੱਖੀ ਆ ਫਾਈਲ ਵੀ ਲੱਗ ਰਿਹਾ ਬਸ ਆਈ ਦੇਖਦਾ ਸੀ ਯਾਰ ਵੀ ਬਣ ਜੇ ਕੰਮ ਜੇ ਬਾਹਰ ਲੰਘ ਜਾਈਏ ਉਹ ਕੰਮ ਤਾਂ ਬਣ ਜੂ ਹੁਣ ਤੈਨੂੰ ਪਤਾ ਦੇਖ ਕਿੰਨਾ ਵੇਟਿੰਗ ਪੀਰੀਅਡ ਚੱਲਦਾ ਫਾਈਲ ਦੇ ਰਿਜ਼ਲਟ ਚਾਰ ਚਾਰ ਪੰਜ ਪੰਜ ਛੇ ਛੇ ਮਹੀਨਿਆਂ ਬਾਅਦ ਵੀ ਆ ਰਹੇ ਨੇਗੇ ਉਹੀ ਚੱਕਰ ਆ ਬਾਈ ਅਤੇ ਮੈਂ ਤੈਨੂੰ ਐਂ ਬੁਲਾਇਆ ਸੀ ਦੇਖ ਮੈਨੂੰ ਤੇਰੇ ਘਰ ਦੇ ਹਾਲਾਤਾਂ ਦਾ ਚੰਗੀ ਤਰ੍ਹਾਂ ਪਤਾ ਵੀ ਇੱਕ ਮੇਰੇ ਦੋਸਤ ਦਾ ਨਾ ਇੰਸਟੀਟਿਊਟ ਆ ਅੱਛਾ ਆਈਲੈਟਸ ਦਾ ਠੀਕ ਹੈ ਅਤੇ ਉਹਨੂੰ ਆ ਟੀਚਰਾਂ ਦੀ ਰਿਕੁਆਇਰਮੈਂਟ ਆ ਕਿੱਥੇ ਹੈ ਆਈਲੈਟਸ ਸੈਂਟਰ ਸੰਗਰੂਰ ਆ ਫਿਰ ਤਾਂ ਨੇੜੀ ਹੈ ਹਾਂ ਉਹਨੂੰ ਰਿਕੁਆਇਰਮੈਂਟ ਆ ਤਾਂ ਉਹਨੇ ਮੈਨੂੰ ਕਿਹਾ ਵੀ ਜੇ ਕੋਈ ਬੰਦਾ ਹੋਇਆ ਪੜ੍ਹਾਉਣ ਵਾਲਾ ਤਾਂ ਮੈਨੂੰ ਦੱਸੀ ਤਾਂ ਮੇਰੇ ਦਿਮਾਗ 'ਚ ਤੇਰਾ ਖਿਆਲ ਆਇਆ ਸੈਲਰੀ ਸੁਲਰੀ ਕੀ ਦੂ ਫਿਰ ਉਹ ਸੈਲਰੀ ਵਧੀਆ ਦਊ ਤਾਰੀ ਯਾਰ ਹੁਣ ਤੂੰ ਇਹ ਦੇਖ ਮੇਰੀ ਗੱਲ ਸੁਣ ਘੱਟੋ ਘੱਟ ਤੂੰ ਇਹ ਮੰਨ ਕੇ ਚੱਲ ਜੇ 6 ਮਹੀਨੇ ਤੇਰੀ ਫਾਈਲ ਦਾ ਕੋਈ ਉੱਗ ਸੁੱਗ ਨਾ ਆਈ ਠੀਕ ਹੈ 6 ਮਹੀਨੇ ਵੀ ਤਾਂ ਵਿਹਲਾ ਫਿਰੇਂਗੇ ਹੀ ਸ਼ਾਮ ਕਦੀ ਉੱਧਰੋਂ ਜਿਹੜੇ 4 ਪੈਸੇ ਆਉਣਗੇ ਉਹ ਤੇਰੇ ਨਾਲੇ ਫਾਈਲ 'ਚ ਕੰਮ ਆ ਜਾਣਗੇ ਨਹੀਂ ਭਾਈ ਘਰ ਖਰਚਾ 'ਚ ਤਾਂ ਡੇਲੀ ਦੀ ਰੂਟੀਨ ਲਾਈਫ 'ਚ ਤਾਂ ਆਪਾਂ ਨੂੰ ਪੈਸਾ ਚਾਹੀਦਾ ਹੀ ਆ ਹੋਰ ਯਾਰ ਘਰੋਂ ਮੰਗਣੇ ਵੀ ਔਖ ਨੇ ਹੁਣ ਤੈਨੂੰ ਪਤਾ ਹੀ ਖਰਚੇ ਪੂਰੇ ਨਹੀਂ ਹੁੰਦੇ ਸਹੀ ਗੱਲ ਆ ਨਾਲੇ ਉੱਧਰ ਤੇਰਾ ਫਲੋ ਵਧੀਆ ਬਣਿਆ ਰਹੂਗਾ ਘੱਟ ਤੋਂ ਘੱਟ ਹੋਰ ਨਹੀਂ ਨੌਲੇਜ ਏ ਮਿਲੂਗੀ ਹੋਰ ਉਹ ਤਾਂ ਗੱਲ ਹੈਗੀ ਆ ਬਾਅਦ 'ਚ ਵੀ ਮੇਰੇ ਕੰਮ ਹੀ ਆਉਣੇ ਆ ਉਹ ਚੀਜ਼ਾਂ ਸਹੀ ਗੱਲ ਆ ਨਾਲੇ ਕੋਈ ਐਡਾ ਔਖਾ ਕੰਮ ਨਹੀਂ ਤਾਰੀ ਅੰਦਰੋਂ ਅੰਦਰ ਹੀ ਕੰਮ ਆ ਸਾਰਾ ਦਿਨ ਹੈ ਕੋਈ ਗਰਮੀ ਦੀ ਨਹੀਂ ਧੁੱਪ ਦੀ ਨਹੀਂ ਛਾਂ ਦੀ ਨਹੀਂ ਇਦੂ ਐਸ਼ ਵਾਲਾ ਕੰਮ ਕੀ ਹੋਊ ਤੜਕੇ ਕੱਢ ਕੇ ਟੌਰ ਵਗ ਗਿਆ ਜੇ ਆਹ ਕੰਮ ਬਣ ਜੇ ਨਾ ਤਾਂ ਮੌਜ ਲੱਗ ਜੂ ਮੈਂ ਘਰੇ ਮੰਮੀ ਨੂੰ ਅੱਜ ਕਹਿ ਕੇ ਆਇਆ ਮੈਂ ਕਿਹਾ ਮੈਂ ਚੱਲਿਆ ਮੈਂ ਹੋ ਸਕਦਾ ਅੱਜ ਮੇਰੀ ਜੌਬ ਦਾ ਬਣ ਜੇ ਜੌਬ ਦਾ ਤਾਂ ਬਣ ਜੂ ਤੂੰ ਮਨ ਬਣਾ ਤੂੰ ਜੌਬ ਕਰਨੀ ਆ ਕਿ ਨਾ ਮੈਂ ਤਾਂ ਕਰਨੀ ਹੈ ਬਾਈ ਹੁਣ ਉਨਾ ਟਾਈਮ ਮੈਂ ਘਰੇ ਵਿਹਲਾ ਬੈਠਿਆ ਕੀ ਕਰੂੰਗਾ ਮੈਨੂੰ ਆਪ ਨੂੰ ਸਮਾਂ ਬੁਰਾ ਲੱਗਦਾ ਯਾਰ ਵਿਹਲਾ ਫਿਰਦਾ ਰਹਿਣਾ ਇਹ ਤਾਂ ਹੈ ਨਾਲੇ ਤੇਰਾ ਵਧੀਆ ਸਹਾਰਾ ਲੱਗ ਜੂ ਯਾਰ ਪੈਸਿਆਂ ਦਾ ਤੈਨੂੰ ਮੈਂ ਤਾਂ ਹੀ ਤੈਨੂੰ ਕਹਿ ਦੀ ਨਹੀਂ ਆਪਣੇ ਪਿੰਡ 'ਚ ਹੋਰ ਬਥੇਰੇ ਤੋਰੇ ਫਿਰਦੇ ਨੇ ਉਹ ਮੈਨੂੰ ਪਤਾ ਉਹ ਸਲਾਰੂ ਨੇਗੇ ਤੂੰ ਹੈਗਾ ਸਮਝਦਾਰ ਬੰਦਾ ਮੈਂ ਤਾਂ ਤੈਨੂੰ ਰੈਕਮੈਂਡ ਕੀਤਾ ਸੀ ਉੱਥੇ ਵੀ ਤਾਰੀ ਪੜਾ ਦੂੰ ਮੇਰਾ ਮਿੱਤਰ ਆ ਨਾਲੇ ਜੱਸੇ ਆਇਆ ਯਾਰ ਵੀ ਹੁਣ ਦੇਖ ਵਿਹਲਾ ਫਿਰ ਬੁਰਾ ਲੱਗਦਾ ਨਾਲੇ ਉੱਥੇ ਲੱਗ ਜੂੰਗਾ ਕੰਮ ਕਰੀ ਚਲੂ ਜਿੰਨੇ ਕਿਤੇ ਆਪਣਾ ਫਾਈਲ ਦਾ ਲੱਗ ਕੇ ਬਾਹਰ ਦਾ ਬਣ ਜੇ ਨਾ ਨਾਲੇ ਤੈਨੂੰ ਪਤਾ ਫਿਰ ਉੱਧਰ ਰਿਸ਼ਤੇ 'ਚ ਕੰਮ ਬਣ ਜੂਗਾ ਓਏ ਉਹ ਵੀ ਸੱਚ ਮੈਂ ਤੈਨੂੰ ਗੱਲ ਪੁੱਛਣੇ ਲੱਗਿਆ ਸੀਗਾ ਵੀ ਉਹ ਤਾਂ ਗੱਲਬਾਤ ਕਰੀ ਕਿਸੇ ਪਾਸੇ ਕਿ ਨਾ ਗੱਲਬਾਤ ਕਿਵੇਂ ਕਰਾਂ ਬਾਈ ਉਹ ਤੈਨੂੰ ਪਤਾ ਤਕੜੇ ਘਰੋਂ ਆ ਯਾਰ ਅਤੇ ਆਪਣਾ ਉਹ ਵੀ ਤੂੰ ਜਾਣਦਾ ਹੀ ਆ ਐਵੇਂ ਗੱਲ ਤਾਂ ਬਣਨੀ ਨਹੀਂ ਜੇ ਬਾਹਰ ਦਾ ਹੋ ਜੇ ਤਾਂ ਕੁਛ ਜਿਵੇਂ ਕਹਿੰਦੇ ਬੇੜਾ ਬੰਨੇ ਲਵੇ ਇਹ ਤਾਂ ਹੈ ਤਾਰੀ ਜੇ ਤੂੰ ਉਰੇ ਰਿਹਾ ਨਾ ਉਰੇ ਰਹਿ ਕੇ ਤਾਂ ਨਹੀਂ ਦੇਖ ਮਿੱਤਰਾ ਤੇਰਾ ਰਿਸ਼ਤਾ ਸਿਰੇ ਚੜ੍ਹਨਾ ਜੇ ਤੂੰ ਕਿਤੇ ਬਾਹਰ ਵਗ ਜੇ ਆ ਜਾ ਜੈਲ ਸਿਆ ਸਤਿ ਸ਼੍ਰੀ ਅਕਾਲ ਆ ਜਾ ਬੈਠੋ ਆ ਕੁਰਸੀ ਕਰ ਲਾ ਜੈਲ ਸਿਆ ਪਾਣੀ ਲਿਆਵਾਂ ਚੱਲਿਆ ਨਹੀਂ ਨਹੀਂ ਪਾਣੀ ਤਾਂ ਪੀ ਗਿਆ ਜੀ ਚਾਹ ਪੀ ਮੈਂ ਘੁੱਟ ਉਹ ਨੇੜੇ ਕਰ ਲੈ ਨੇੜੇ ਅੱਛਾ ਚੱਲ ਕੋਈ ਨਹੀਂ ਚਾਹ ਬਣਾ ਲੈਂਦੀ ਕੋਈ ਨਾ ਠਹਿਰ ਕੇ ਪੀ ਲਾਂਗੇ ਹੋਰ ਸੁਣਾ ਘਰ ਸਭ ਠੀਕ ਠਾਕ ਹੈ ਸਭ ਵਧੀਆ ਤੁਸੀਂ ਦੱਸੋ ਬਸ ਠੀਕ ਨੇ ਸਿਹਤਾਂ ਆਪਣੀਆਂ ਹਾਂ ਬਿਲਕੁਲ ਕਿਰਪਾ ਵਾਹਿਗੁਰੂ ਦੀ ਚਲੋ ਸ਼ੁਕਰਾਨਾ ਹੈ ਕਰ ਗੱਲ ਤੂੰ ਕਰ ਲਾ ਕਿਵੇਂ ਸੀ ਜੈਲਾ ਸੂੰ ਆਪਣੇ ਮੁੰਡੇ ਵਾਸਤੇ ਰਿਸ਼ਤੇ ਦੀ ਗੱਲ ਹੈ ਆਪਣੇ ਆ ਤਾਰੀ ਵਾਸਤੇ ਹਾਂ ਸ਼ੁਕਰ ਹੈ ਜੈਲਿਆ ਸਾਡੇ ਜਵਾਕ ਬਾਰੇ ਕਿਸੇ ਨੇ ਤਾਂ ਸੋਚਿਆ ਭਾਈ ਭਰਜਾਈ ਕੋਲੋਂ ਖੁਸ਼ੀ ਨਹੀਂ ਸਮਝ ਜਾਣੀ ਹੋਰ ਆ ਦੇਖ ਲੈ ਖਿਰ ਖਿਰ ਹੱਸੀ ਜਾਂਦੀ ਹੈ ਅੱਛਾ ਖੁਸ਼ ਤਾਂ ਮੈਂ ਹੈਗੀ ਆ ਜੈਲਿਆ ਮੈਨੂੰ ਇਹ ਦੱਸ ਦੇ ਵੀ ਕੁੜੀ ਤਕੜੇ ਘਰ ਦੀ ਹੈਗੀ ਆ ਕਿ ਨਹੀਂ ਤਕੜੇ ਘਰ ਦੀ ਲਰਜੇ ਤੇਰੇ ਕਾਲਾ ਨਾਗ ਹੈ ਭਰਜਾਈ ਕੀ ਗੱਲਾਂ ਕਰੀ ਜਾਂਦੀ ਹੈ ਜੈਲਿਆ ਆਪੇ ਤਾਂ ਕਹੀ ਜਾਂਦਾ ਵੀ ਤਾਰੀ ਵਾਸਤੇ ਮੈਂ ਰਿਸ਼ਤਾ ਲੈ ਕੇ ਆਇਆ ਫਿਰ ਰਿਸ਼ਤਾ ਤਕੜੇ ਘਰ ਦੀ ਕੁੜੀ ਦਾ ਚਾਹੀਦਾ ਤਕੜੇ ਘਰ ਦੀ ਓਏ ਤਾਂ ਭਾਗ ਮੰਨੇ ਤੈਨੂੰ ਭੁਲੇਖਾ ਪੈ ਗਿਆ ਇਹ ਤਾਂ ਆਪਦੀ ਕੁੜੀ ਦੀ ਗੱਲ ਕਰਨਾ ਆ
ਸਾਡੇ ਨਾ ਪਹਿਲਾਂ ਪੁਰਾਣੀ ਗੱਲਬਾਤ ਹੋਈ ਸੀ ਦੋਨਾਂ ਦੀ, ਮੇਰੀ ਤੇ ਜੈਲਸ ਹੋਦੀ ਵੀ ਮੇਰਾ ਮੁੰਡਾ ਜੈਲਸ ਆ ਤੇਰੀ ਕੁੜੀ, ਆਪਾਂ ਇੱਕ ਦੂਜੇ ਨਾਲ ਵਿਆਹ ਕਰਾਂਗੇ, ਰਿਸ਼ਤੇਦਾਰੀ ਪੱਕੀ ਕਰਾਂਗੇ, ਆਹ ਗੱਲ ਹੈ, ਆਪਦੀ ਕੁੜੀ ਦਾ ਰਿਸ਼ਤਾ ਲੈ ਕੇ ਆਇਆ ਇਹ। ਨਾ ਮੇਰੀ ਗੱਲ ਸੁਣ, ਇਹ ਤੁਸੀਂ ਦੋਹਾਂ ਨੇ ਸੋਚ ਵੀ ਕਦੋਂ ਲਿਆ? ਮੇਰੀ ਇੱਕ ਗੱਲ ਸੁਣ ਲੈ ਜੈਲਿਆ, ਪਹਿਲਾਂ ਤੂੰ, ਚੱਲ ਤੂੰ ਤਾਂ ਛੱਡ, ਪਹਿਲਾਂ ਤੂੰ ਮੇਰੀ ਗੱਲ ਸੁਣ। ਨਾ ਪਾਲਾਂ ਮੈਂ ਆਪਣਾ ਜਵਾਕ ਦੁੱਧਾ ਘਿਆ ਨਾ ਚੂਰੀਆਂ ਨਾ, ਤੇ ਤੂੰ ਕੱਲਾ ਕੌਣ ਹੁੰਦਾ ਉਹਦਾ ਰਿਸ਼ਤਾ ਕਰਨ ਵਾਲਾ? ਤੂੰ ਮੈਨੂੰ ਇੱਕ ਵਾਰ ਵੀ ਪੁੱਛਿਆ ਹੈ? ਆਇਆ ਵੱਡਾ ਮੇਰੇ ਪੁੱਤ ਦਾ ਰਿਸ਼ਤਾ ਕਰਨ ਵਾਲਾ, ਨਾਲੇ ਤੂੰ ਬਹਿ ਜਲਿਆ ਕਿੱਥੇ ਗੰਗੂ ਤੇਲੀ ਤੇ ਕਿੱਥੇ ਰਾਜਾ ਭੋਜ? ਤੂੰ ਕਿੱਦਾਂ ਸੋਚ ਲਿਆ ਵੀ ਤੇਰੀ ਧੀ ਮੇਰੇ ਘਰ ਦੀ ਨੂੰਹ ਬਣੂਗੀ? ਮੇਰੀ ਗੱਲ ਸੁਣ ਲਵੇ, ਆ ਚਮੱਕਾ ਜਿਹੜਾ ਅੱਖ ਮਾਰਨਾ ਨਾ ਦੂਜੀ ਅੱਖ ਵੀ ਐ ਕਰ ਦੋ, ਨਿਕਲ ਬਾਹਰ ਇੱਥੋਂ, ਕੋਈ ਲੋੜ ਨਹੀਂ, ਮੇਰੇ ਪੁੱਤ ਨੂੰ ਤੇਰੀ ਧੀ ਦਾ ਰਿਸ਼ਤਾ ਲੈਣ ਆਇਆ ਉੱਥੇ, ਤੇ ਨਾਲੇ ਦੇਣ ਆਇਆ, ਤੇਰੇ ਨਾਲ ਤਾਂ ਮੈਂ ਬਾਅਦ ਚ ਨਜਿੱਠਦੀ ਆ, ਆ ਪਹਿਲਾਂ ਇਹਨੂੰ ਤਲਾਲੇ ਨੂੰ ਦੇਖਾਂ, ਇਹ ਬੜਾ ਚੰਬਲਿਆ ਫਿਰਦਾ। ਨਾ ਕੀ ਗੱਲ, ਮੇਰੇ ਘਰ ਵਾਲੇ ਨੇ ਜਵਾਨ ਦੇ ਤੀ, ਤੂੰ ਕੀ ਸੁਪਨੇ ਦੇਖਣ ਲੱਗ ਪਿਆ ਵੀ ਤੇਰੇ ਨੰਗ ਮਲੰਗ ਦੀ ਧੀ ਮੈਂ ਆਪਣੀ ਘਰ ਦੀ ਨੂੰਹ ਬਣਾਉਂਗੀ? ਇਹ ਗੱਲ ਨਾ ਆਪਣੇ ਦਿਮਾਗ ਚੋਂ ਕੱਢ ਦੇ। ਇਸ ਘਰ ਵਿੱਚ 25 ਸਾਲ ਤੋਂ ਮੇਰੀ ਚੱਲਦੀ ਸੀ, ਚੱਲਦੀ ਹੈ ਤੇ ਚੱਲਦੀ ਹੀ ਰਹੂਗੀ, ਇੱਥੋਂ ਤਿੱਤਰ ਹੋ। ਭਰਜਾਈ ਲੱਗਦਾ ਨਾ ਤੂੰ ਆਪਣੀ ਹੱਦ ਚੋਂ ਬਾਹਰ ਜਾ ਰਹੀ ਹੈ, ਕੰਟਰੋਲ ਚ ਰਹਿ ਥੋੜਾ ਜਿਹਾ। ਕੱਲ ਨੂੰ ਕੁੜੀ ਵੀ ਆਪਦੇ ਘਰ ਦੇ ਮੂਹਰੇ ਸਟੈਂਡ ਲੈਣ ਜੋਗੀ ਆ ਵੀ ਹਾਂ ਬਾਹਰ ਗਿਆ ਹੋਇਆ ਮੁੰਡਾ ਆਪਦੇ ਪੈਰਾਂ ਤੇ ਆ, ਕੋਈ ਫਿਊਚਰ ਤਾਂ ਦਿੰਦਾ, ਘਰ ਦੇ ਵੀ ਕੁਛ ਸੋਚ ਕੇ ਆਪਦੀ ਧੀ ਦਾ ਰਿਸ਼ਤਾ ਕਰਨਗੇ। ਜੱਸੇ ਜੇ ਮਨਪ੍ਰੀਤ ਤੋਂ ਸੋਚੀਏ ਨਾ ਤਾਂ ਮਨਪ੍ਰੀਤ ਤਾਂ ਯਾਰ ਡੇਲੀ ਇਹੀ ਗੱਲ ਕਰਦੀ, ਕਹਿੰਦੀ ਵੀ ਮੇਰੇ ਘਰਦਿਆਂ ਤਾਂ ਮੈਂ ਮਨਾ ਲਊ ਚਾਹੇ ਜਿਵੇਂ ਮਰਜ਼ੀ ਮਨਾ ਲਾ, ਕਹਿੰਦੀ ਤੂੰ ਆਪਦੇ ਘਰੇ ਦੇਖ। ਹੁਣ ਮੈਂ ਘਰੇ ਤਾਂ ਦੇਖ ਹੀ ਦੇਖਿਆ, ਬਸ ਇਸੇ ਚੀਜ਼ ਕਰਕੇ ਦੇਖਦੇ ਤੀ ਵੀ ਜੋਬ ਦਾ ਬਣ ਜੇ ਤਾਰੀ। ਮਨਪ੍ਰੀਤ ਤਾਂ ਕਹਿੰਦੀ ਆ, ਪਰ ਤੂੰ ਇਹ ਸੋਚਿਆ ਕਦੇ ਮਨਪ੍ਰੀਤ ਦਾ ਪਿਓ ਮੂਹਰੇ ਤੂੰ ਕੀ ਕਹੇਗਾ ਉਹਦੇ ਮੂਹਰੇ ਵੀ ਕੀ ਕਰਨਾ ਕੀ ਕਮਾਉਣਾ? ਤੂੰ ਆਪੇ ਸੋਚ ਕਿੱਥੇ ਉਹਨਾਂ ਦਾ ਘਰ ਬਾਰ ਕਿੱਥੇ ਤੁਹਾਡਾ ਘਰ ਬਾਰ, ਦੇਖ ਕੇ ਰਿਸ਼ਤਾ ਕਰ ਦੂ ਅਗਲਾ। ਆਪਾਂ ਜਾਈ ਆਉਣੇ ਇੰਸਟੀਚਿਊਟ 'ਚ। ਮੈਂ ਕਹਿੰਦਾ ਤੂੰ ਕਿਹੜੀ ਗੱਲ ਕਰਦਾ, ਜਾਣ ਦੀ ਵੀ ਨਹੀਂ ਲੋੜ। ਅੱਛਾ ਤੂੰ ਹਾਮੀ ਭਰ, ਤੇਰਾ ਫੋਨ ਤੇ ਕੰਮ ਹੋ ਗਿਆ ਬਸ। ਬਸ ਮੇਰੀ ਤਾਂ ਹਾਮੀ ਹੈ ਫਿਰ। ਉਹ ਵੱਡੇ ਭਾਈ ਨਾ ਤੂੰ ਮੇਰੀ ਬੇਇੱਜ਼ਤੀ ਕਰਵਾਉਣ ਵਾਸਤੇ ਲੈ ਜੇ ਕਰੇ ਵੀ ਇਹ ਬੇਇੱਜ਼ਤੀ ਕਰੂਗੀ ਮੇਰੀ, ਆ ਚੰਗੀ ਗੱਲ ਆ? ਇਦੋਂ ਕਹਿੰਦੇ ਤੂੰ ਹੀ ਜਵਾਬ ਦੇ ਦਿੰਦਾ ਮੈਨੂੰ। ਓ ਜਾ ਤੱਤਰ ਹੋ, ਕੰਟਰੋਲ ਲੈ ਕੇ ਆਇਆ ਨਾਲੇ ਬੇਇੱਜ਼ਤੀ। ਨਾ ਤੇਰੀ ਕਾਹਦੀ ਬੇਇੱਜ਼ਤੀ, ਤੇਰੇ ਕੀ ਅੱਗੇ ਝੰਡੇ ਝੁਲਦੇ ਆ? ਕੰਮ ਕਰ ਜਾ ਕੇ ਆਪਣਾ, ਮੁੜ ਕੇ ਮੇਰੇ ਘਰ ਦਾ ਮੂੰਹ ਨਾ ਦੇਖੀ। ਹੁਣ ਤਾਂ ਮੈਂ ਭਲਵਾਨ ਸੀ ਨਾਲ ਕਹਿੰਦੀ ਆ ਵੀ ਘਰੋਂ ਬਾਹਰ ਹੋ ਜਾ, ਫਿਰ ਦੂਜੀ ਤਰ੍ਹਾਂ ਕੱਢੂੰਗੀ। ਕੰਮ ਕਰ ਜਾ ਕੇ ਆਪਣਾ। ਚੱਲ ਜਾ ਲਿਆ ਬਾਈ, ਹੁਣ ਤੂੰ ਜਾ, ਆਪਾਂ ਬਾਅਦ ਚ ਕਰਦੇ ਆ ਗੱਲ। ਸੰਦੀਪ ਕੌਰੇ ਇੱਕ ਗੱਲ ਯਾਦ ਰੱਖੀ, ਜੈਲਾ ਕਹਿੰਦੇ ਆ ਮੈਨੂੰ, ਮੈਂ ਜਿੱਥੇ ਕੋਕੇ ਲਾਉਣਾ ਨਾ ਪੱਕੀ ਲਾਉਣਾ। ਮੇਰੀ ਗੱਲ ਸੁਣ ਵੇ ਜੈਲਿਆ, ਕਹਿੰਦੇ ਹੋਣਗੇ ਤੈਨੂੰ ਜੈਲਾ ਨੰਗ, ਮੈਨੂੰ ਵੀ ਕੁਲਦੀਪ ਕਹਿੰਦੇ ਆ, ਕੁਲਦੀਪ ਕੌਰ। ਪੱਤਾ ਮੈਂ ਆਪਣੀ ਮਰਜ਼ੀ ਤੋਂ ਬਿਨਾਂ ਹਿੱਲਣ ਨਹੀਂ ਦਿੰਦੀ ਇਸ ਘਰ 'ਚ, ਤਾਂ ਕੀ ਇਹ ਪੂਰੇ ਮੁਹੱਲੇ 'ਚ। ਆਪਣਾ ਪੁੱਤ ਵਿਆਹੂੰਗੀ ਨਾ, ਤੇਰੇ ਵਰਗੇ ਲੋਕ ਖੜ ਖੜ ਦੇਖਣਗੇ ਵੀ ਕੁਲਦੀਪ ਦਾ ਮੁੰਡਾ ਵਿਆਹੁਣ ਤੁਰਿਆ, ਉਹ ਵੀ ਐਨ ਤਕੜੇ ਤੇ ਕਬੀਲਦਾਰ ਘਰ 'ਚ, ਜਿਹੜਾ ਮੇਰਾ ਘਰ ਭਰ ਦੂਗਾ। ਕੰਮ ਕਰ ਜਾ ਕੇ ਆਪਣਾ, ਹੁਣ ਤਿੱਤਰ ਹੋ। ਕੁਲਦੀਪ ਕੌਰੇ ਇਹਦਾ ਸਮੀ ਦੱਸੂਗਾ ਕਿ ਦਾਜ ਨਾਲ ਘਰ ਕੌਣ ਭਰਦਾਗਾ।
ਠੀਕ ਆ ਨਾ। ਆ ਜਿਹੜੀ ਗੱਲ ਤੂੰ ਮੇਰੀ ਅੱਜ ਲਾਹ ਪਾ ਕਰਕੇ ਤੋੜਦੇ ਨਾ, ਇਹ ਗੱਲ ਯਾਦ ਰਹੂ ਮੈਨੂੰ ਪੂਰੀ ਜ਼ਿੰਦਗੀ, ਕੋਈ ਨਾ। ਹਾਂ ਜਿਹੜੀ ਤੂੰ ਮੇਰੇ ਘਰੇ ਬੁਲਾ ਕੇ ਬੇਇੱਜ਼ਤੀ ਕਰੀ ਨਾ, ਇਹ ਦਿਲ ਤੇ ਸਭ ਗਈ, ਯਾਦ ਰੱਖੀ। ਕਿਤੇ ਨਾ ਕਿਤੇ ਤੱਕ ਮੈਂ ਦਰ ਖੱਟੂੰਗਾ, ਸਮਝ ਲੱਗੀ ਨਾ। ਫਿਰ ਕੁਲਦੀਪ ਕੌਰ, ਉਹ ਮੈਂ ਘਰ 'ਚ ਬੈਠਾ, ਮੇਰੀ ਤਾਂ ਸ਼ਰਮ ਕਰ ਲੈ, ਘਰ ਵਾਲੇ ਬੰਦੇ ਦੀ ਐਂ ਬੇਇੱਜ਼ਤੀ ਕਰਦੇ ਹੁੰਦੇ ਨੇ ਘਰੇ ਆਏ ਵੀ। ਮੇਰੀ ਗੱਲ ਸੁਣ ਲੈ, ਤੂੰ ਵੀ ਕੰਨ ਖੋਲ ਕੇ, ਜਵਾਨ ਤਾਂ ਇੱਥੇ ਦੋ ਦਿਨਾਂ ਦੀ ਨਹੀਂ ਚੱਲਦੀ ਤੇ ਤੂੰ 20 ਸਾਲ ਪੁਰਾਣੀ ਗੱਲ ਕਰਦਾ। ਚੁੱਪ ਕਰਕੇ ਤੂੰ ਵੀ ਬਹਿ ਜਾ, ਤੈਨੂੰ ਮੈਂ ਪਹਿਲਾਂ ਵੀ ਕਿਹਾ ਵੀ ਇਸ ਘਰ ਵਿੱਚ ਮੇਰੀ ਚੱਲਦੀ ਸੀ, ਚੱਲਦੀ ਹੈ ਤੇ ਚੱਲਦੀ ਹੀ ਰਹੂਗੀ। ਇਹ ਗੱਲ ਮੈਂ ਵਾਰ ਵਾਰ ਰਿਪੀਟ ਨਹੀਂ ਕਰਨੀ, ਇਹ ਗੱਲ ਨਾ ਆਪਣੇ ਖਾਨੇ 'ਚ ਬਿਠਾ ਲੈ, ਲੱਗੀ ਸਮਝ। ਇਸ ਜਨਾਨੀ ਨੇ ਨਾ ਸਾਰੀ ਉਮਰ ਮੇਰੇ ਨਾਲ ਆਹੀ ਕੁੱਤਾ ਕਲੇਸ਼ ਰੱਖਿਆ ਤੇ ਹੁਣ ਜਦੋਂ ਮੁੰਡੇ ਦੇ ਵਿਆਹੁਣ ਦੀ ਗੱਲ ਆਈ ਤਾਂ ਇਹ ਲਾਲਚ ਦਾਜ ਇੰਨੀ ਹੋਈ ਫਿਰਦੀ ਹੈ ਇਹ ਵੀ ਬਸ ਕਦੋਂ ਮੈਂ ਦਾਜ ਨਾਲ ਆਪਦਾ ਘਰ ਭਰ ਲਾਂ, ਕੀ ਕਰੇਂਗੇ ਇਹਦੇ ਦਾਜ ਨੂੰ। ਉਹ ਰੱਬ ਦੇਖਦਾ ਉੱਤੇ ਚੜ ਜਾ। ਅੱਛਾ ਹੁਣ ਤੂੰ ਵਿਆਹ ਕਰਾਉਣਾ, ਬਸ ਮੰਨਣੀ ਨਹੀਂ ਹੈਗੀ ਮੇਰੀ ਗੱਲ, ਕਰ ਦੇ ਤੇਰਾ ਵਿਆਹ। ਹਾਂ ਭਾਬੀ ਇਹੀ ਗੱਲ ਕਰਨੀ ਸੀ ਮੈਂ, ਆ ਮਹਿੰਦੀ ਤਾਂ ਇੱਕ ਬਹਾਨਾ ਹੀ ਸੀ, ਮੈਂ ਤਾਂ ਬਸ ਤੈਨੂੰ ਕੋਲੇ ਬਿਠਾ ਕੇ ਨਾ ਆਪਦੇ ਮਨ ਦੀ ਗੱਲ ਹੀ ਦੱਸਣੀ ਸੀ। ਗੱਲ ਕਿਹੜੀ ਗੱਲ? ਗੱਲ ਇਹ ਆ, ਮੈਨੂੰ ਪਤਾ ਹੁਣ ਤੁਸੀਂ ਤੇ ਵੀਰਾ ਨਾ ਮੇਰੇ ਵਾਸਤੇ ਰਿਸ਼ਤਾ ਤਾਂ ਲੱਭੋਗੇ, ਤੇ ਮੇਰੇ ਨਾਲ ਨਾ ਕਾਲਜ 'ਚ ਮੁੰਡਾ ਪੜ੍ਹਦਾ ਹੁੰਦਾ ਸੀ, ਅਸੀਂ ਦੋਨੇ ਇੱਕ ਦੂਜੇ ਨੂੰ ਪਸੰਦ ਕਰਦੇ ਹਾਂ ਤੇ ਵਿਆਹ ਕਰਵਾਉਣਾ ਸੀ ਇੱਕ ਦੂਜੇ ਨਾਲ। ਵਿਆਹ? ਮਨਪ੍ਰੀਤ ਇਹ ਕਿਹੋ ਜਿਹੀਆਂ ਗੱਲਾਂ ਕਰਦੀਆਂ ਤੂੰ? ਨਾਲ ਤੈਨੂੰ ਪਤਾ ਤੇਰੇ ਵੀਰੇ ਦਾ, ਉਹਦਾ ਕਿੰਨਾ ਸਖਤ ਸੁਭਾਅ ਹੈਗਾ, ਉਹਨੇ ਨਹੀਂ ਹਾਂ ਕਰਨੀ ਹੈਗੀ ਇਸ ਰਿਸ਼ਤੇ ਨੂੰ। ਤੂੰ ਪਾਗਲ ਹੋ ਗਈ ਹੈ ਭਾਬੀ, ਇਹਦੇ 'ਚ ਪਾਗਲ ਵਾਲੀ ਕਿਹੜੀ ਗੱਲ ਆ, ਨਾਲੇ ਵੀਰੇ ਨੇ ਕਿਉਂ ਨਹੀਂ ਮੰਨਣਾ, ਜਦੋਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਵੀਰੇ ਨੇ ਮੇਰੀ ਹਰ ਇੱਕ ਕਰੇਜ਼ ਪਕਾਈ ਆ, ਫਿਰ ਇਹ ਤਾਂ ਫਿਰ ਵੀ ਮੇਰੇ ਜੀਵਨ ਸਾਥੀ ਦੀ ਗੱਲ ਹੈ, ਜੇ ਮੈਂ ਆਪਦੀ ਪਸੰਦ ਦਾ ਮੁੰਡਾ ਲੱਭ ਲਿਆ ਤਾਂ ਵੀਰਾ ਨਾ ਕਿਉਂ ਕਰੂਗਾ? ਨਾ ਕਿਉਂ ਨਹੀਂ ਕਰੂਗਾ? ਨਾ ਤਾਂ ਕਰੂਗਾ ਉਹ, ਕਿਉਂਕਿ ਉਹ ਆਪਣੇ ਹੈਸੀਅਤ ਦੇ ਬੰਦੇ ਨਹੀਂ ਹੈਗੇ, ਨਾਲੇ ਤੇਰੇ ਪਹਿਲਾਂ ਦੇ ਫੈਸਲੇ 'ਚ ਹਮੇਸ਼ਾ ਤੇਰਾ ਸਾਥ ਦਿੱਤਾ ਵੀਰੇ ਨੇ, ਉਹ ਤੇਰੀ ਪੜ੍ਹਾਈ ਲਿਖਾਈ ਦੇ ਫੈਸਲੇ ਸੀ, ਪਰ ਆਹ ਤੇਰੀ ਜ਼ਿੰਦਗੀ ਦਾ ਅਹਿਮ ਫੈਸਲਾ ਹੈਗਾ, ਪਰਿਵਾਰ ਦੇ ਅਕੋਰਡਿੰਗ ਹੀ ਚੱਲਣਾ ਪੈਂਦਾ ਹੁੰਦਾ ਮਨਪ੍ਰੀਤ, ਆਪਦੇ ਫੈਸਲੇ ਆਪ ਨਹੀਂ ਲਈਦੇ ਹੁੰਦੇ। ਭਾਬੀ ਮੈਂ ਪਰਿਵਾਰ ਅਕੋਰਡਿੰਗ ਹੀ ਚੱਲਦੀ ਹਾਂ, ਜੇ ਮੈਂ ਆਪਦੀ ਮਰਜ਼ੀ ਨਾਲ ਚੱਲਣਾ ਹੁੰਦਾ ਤਾਂ ਹੁਣ ਕਦੋਂ ਦੀ ਬਾਰੇ ਬਾਰੇ ਵਿਆਹ ਕਰਵਾ ਲੈਂਦੀ, ਕੁੜੀਆਂ ਅੱਜ ਕੱਲ੍ਹ ਕਰਾਉਂਦੀਆਂ ਹੀ ਫਿਰਦੀਆਂ। ਪਰ ਫਿਰ ਵੀ ਮੈਂ ਤੁਹਾਡੇ ਬਾਰੇ ਸੋਚਿਆ, ਨਾਲੇ ਤੁਹਾਨੂੰ ਮੈਂ ਇਹ ਗੱਲ ਤਾਂ ਦੱਸੀ ਆ ਕਿਉਂਕਿ ਮੈਨੂੰ ਪਤਾ ਵੀਰੇ ਨੂੰ ਤੁਸੀਂ ਵੀ ਮਨਾ ਸਕਦੇ ਹੋ, ਪਲੀਜ਼ ਭਾਬੀ ਬਣ ਕੇ ਗੱਲ ਕਰ ਲਓ। ਮਨਪ੍ਰੀਤ ਉਹ ਗੱਲ ਤਾਂ ਤੇਰੀ ਠੀਕ ਹੈ, ਪਰ ਤੇਰੇ ਦਿਮਾਗ 'ਚ ਇਹ ਗੱਲਾਂ ਚੱਲਦੀਆਂ ਕਿਵੇਂ ਨੇ? ਤੂੰ ਐਵੇਂ ਕਿਵੇਂ ਬਾਹਰ ਦੁਬਾਰ ਵਿਆਹ ਕਰਾ ਲੈਂਦੀ? ਮੈਂ ਤੈਨੂੰ ਇਸ ਕਰਕੇ ਪੜ੍ਹਾਇਆ ਲਿਖਾਇਆ ਸੀ, ਇਸ ਕਰਕੇ ਆਜ਼ਾਦੀ ਦਿੱਤੀ ਹੈਗੀ। ਭਾਬੀ ਤੁਹਾਨੂੰ ਤਾਂ ਹੀ ਸਾਰੀ ਗੱਲ ਦੱਸੀ ਆ, ਬਸ ਪਲੀਜ਼ ਤੂੰ ਮੇਰੇ ਨਾਲ ਬਾਹਲੀਆਂ ਗੱਲਾਂ ਨਾ ਮਾਰ। ਮੈਂ ਓਹੋ ਕੋਈ ਨਹੀਂ, ਭਾਬੀ ਬਣ ਕੇ ਇੱਕ ਵਾਰੀ ਵੀਰੇ ਨੂੰ ਮਨਾ ਲਾ ਪਲੀਜ਼। ਮਨਪ੍ਰੀਤ ਤੈਨੂੰ ਪਤਾ ਤੇਰੇ ਵੀਰੇ ਦਾ, ਉਹਨੇ ਤਾਂ ਮੈਨੂੰ ਮੰਨ ਜੂ ਭਾਬੀ, ਮੰਨ ਜੂ, ਮੈਨੂੰ ਪਤਾ ਮੁੰਡਾ ਬਹੁਤ ਸਿਆਣਾ ਹੈ, ਸਾਰੇ ਉਹਦੇ 'ਚ ਗੁਣ ਹੈ, ਨਸ਼ੇ ਪੱਤੇ ਤੋਂ ਦੂਰ ਆ, ਘਰੇ ਨਾਲੇ ਫੈਮਿਲੀ ਨੇ, ਵੱਡੀ ਮੇਨ ਗੱਲ ਤਾਂ ਇਹ ਆ ਸਿਰਫ ਮੰਮੀ ਤੇ ਡੈਡੀ ਨੇ, ਤਿੰਨ ਜਾਣੇ ਨੇ ਉਹ ਘਰ 'ਚ, ਨਾਲੇ ਸੱਚ ਮੇਨ ਗੱਲ ਤਾਂ ਤੁਹਾਨੂੰ ਦੱਸਣਾ ਹੀ ਭੁੱਲ ਗਈ, ਉਹਦਾ ਭਾਵੇਂ ਅੱਜ ਕੋਈ ਕੈਰੀਅਰ ਸੈੱਟ ਨਹੀਂ ਹੈਗਾ, ਪਰ ਉਹਨੇ ਨਾ ਬਾਹਰ ਜਾਣਾ, ਫਿਰ ਉਹ ਆਪਦਾ ਫਿਊਚਰ ਵਧੀਆ ਉੱਧਰ ਸੈੱਟ ਕਰ ਲਊਗਾ, ਸਾਡੀ ਲਾਈਫ ਵਧੀਆ ਹੋਊਗੀ। ਉਹ ਤਾਂ ਤੂੰ ਫਿਊਚਰ ਦੇਖ ਰਹੀ ਹੈ ਨਾ, ਹੁਣ ਦੇ ਟਾਈਮ 'ਚ ਕੀ ਹੋ ਰਿਹਾ ਹੈਗਾ, ਉਹਦਾ ਕੋਈ ਕੰਮ ਕਾਰ ਸੈੱਟ ਨਹੀਂ ਹੈਗਾ, ਉਹ ਕਿਤੇ ਲੱਗਿਆ ਨਹੀਂ ਹੋਇਆ, ਆਪਾਂ ਕਿਵੇਂ ਕਰ ਦਾਂਗੇ ਤੇਰਾ ਵਿਆਹ ਉੱਥੇ? ਭਾਬੀ ਬਾਹਲੀ ਸੀਰੀਅਸ ਨਾ ਹੋ, ਜਾ ਕੇ ਨਾ ਵੀਰੇ ਨਾਲ ਗੱਲ ਕਰ ਲੈ ਬਸ, ਮੈਨੂੰ ਨਹੀਂ ਪਤਾ। ਚੱਲ ਮੇਰੀ ਗੱਲ ਸੁਣ, ਗੁੱਸੇ ਨਾ ਹੋ, ਮੈਂ ਕਰਕੇ ਦੇਖੂੰਗੀ ਤੇਰੇ ਵੀਰੇ ਨਾਲ ਗੱਲ, ਠੀਕ ਹੈ? ਹਾਂ ਛੇਤੀ ਕਰ ਲੈ ਜਾ, ਫਿਰ ਮੈਂ ਉਹਦਾ ਨਾਮ ਲਿਖ ਲਾਂ। ਨਹੀਂ ਨਹੀਂ ਹਜੇ ਨਹੀਂ ਲਿਖਣਾ ਕਿਤੇ ਵੀ ਨਾਮ, ਬੋਲੀ ਹੋਈ ਹੈਗੀ।
ਜਿੰਨਾ ਚਿਰ ਕੋਈ ਗੱਲਬਾਤ ਨਹੀਂ ਪੱਕੀ ਹੁੰਦੀ ਹੈਗੀ ਤੇਰਾ ਵੀਰਾ ਹਾਂ ਨਹੀਂ ਕਰਦਾ ਉਹਨਾਂ ਚਿਰ। ਚੱਲ ਠੀਕ ਆ ਫਿਰ ਐਂ ਕਰ। ਹਾਂ ਮੈਥੋਂ ਪੁੱਛੇ ਬਿਨਾਂ ਕੋਈ ਕਦਮ ਨਹੀਂ ਚੱਕਣਾ ਇਹੋ ਜਿਹਾ ਜਿਹਦੇ ਨਾਲ ਘਰ ਦੀ ਬਦਨਾਮੀ ਹੋਵੇ। ਠੀਕ ਆ ਭਾਬੀ ਕੋਈ ਕੰਮ ਇਹੋ ਜਿਹਾ ਨਹੀਂ ਕਰਦੀ, ਬਸ ਛੇਤੀ ਛੇਤੀ ਮੇਰਾ ਹੱਥ ਭਰਦੇ ਨਾਲ ਇੱਥੇ ਨਾ ਉਹ ਵਾਲੀ ਮਹਿੰਦੀ ਲਾ ਦੀ ਜਿਹੜੇ ਕਾਲੇ ਕਾਲੇ ਪੋਟੇ ਵੀ ਹੋ ਜਾਂਦੇ। ਲੈ ਲਾ ਦਾ ਹੋਰ ਕਿਹੜਾ ਰਹਿ ਗਿਆ? 5000 ਕਿੱਧਰ ਚੱਲ ਗਿਆ? ਚਲੋ ਚੱਲ ਗਿਆ ਉਹ ਕਿਸੇ ਪਾਸੇ। ਚਾਹ ਪਾਣੀ ਵੀ ਪੀ ਲਿਆ ਕਰੋ। ਬਹਿ ਜਾ ਹਰਮਨ। ਕੁਛ ਨੀ ਹਰਮਨ। ਕੀ ਕਰ ਰਹੇ ਹੋ? ਹਿਸਾਬ ਜਿਹਾ ਲਿਖ ਰਿਹਾ ਸੀਗਾ ਵੀ ਕਿਹੜਾ ਮਿਸਤਰੀ ਕਿੰਨੇ ਲੈ ਗਿਆ। ਤੈਨੂੰ ਪਤਾ ਬਾਅਦ ਚ ਫਿਰ ਰੌਲਾ ਨੀ ਪੈਂਦਾ। ਉਹ ਤਾਂ ਠੀਕ ਹੈ, ਨਾ ਅਗਲਾ ਮਾੜਾ ਬਣਦਾ ਨਾ ਫਿਰ ਆਪਾਂ, ਨਾ ਹਿਸਾਬ ਕਿਤਾਬ ਤਾਂ ਜ਼ਰੂਰੀ ਹੈ। ਤੂੰ ਦੱਸ ਕਿਵੇਂ ਆਉਣਾ ਹੋਇਆ? ਚਾਹ ਲੈ ਕੇ ਆਈ ਤੁਹਾਡੇ ਵਾਸਤੇ। ਚਾਹ ਤਾਂ ਠੀਕ ਹੈ, ਮੈਨੂੰ ਲੱਗਦਾ ਜਿਵੇਂ ਕੋਈ ਦਿਲ 'ਚ ਗੱਲ ਹੋਵੇ। ਮੈਂ ਤੁਹਾਡੇ ਨਾਲ ਐਕਚੁਅਲੀ ਗੱਲ ਹੀ ਕਰਨ ਆਈ ਹਾਂ। ਦੱਸੋ ਜੀ। ਹਰਮਨ ਨਾ ਮੈਨੂੰ ਐਂ ਦੱਸ ਵੀ ਇਹ ਗੱਲਾਂ ਤੇਰੇ ਨਾਲ ਕਰੀਆਂ ਕਿਹੜੀ ਨੇ? ਮਨਪ੍ਰੀਤ ਨੇ ਕੀਤੀਆਂ ਨੇ ਜੀ ਮੇਰੇ ਨਾਲ ਗੱਲਾਂ, ਉਹਨੇ ਆਪਦੀ ਦਿਲ ਦੀ ਗੱਲ ਸਾਰੀ ਦੱਸਤੀ ਮੇਰੇ ਕੋਲ। ਉਹ ਹਜੇ ਨਿਆਣੀ ਹੈ, ਉਹਨੂੰ ਇੰਨੀ ਸਮਝ ਨਹੀਂ ਵੀ ਆਪਦੀ ਜ਼ਿੰਦਗੀ ਦੇ ਫੈਸਲੇ ਆਪ ਲੈ ਸਕੇ। ਮੈਂ ਵੀ ਉਹਨੂੰ ਇਹੀ ਗੱਲ ਕਹੀ ਸੀ ਜੀ, ਪਰ ਹੁਣ ਜੇ ਉਹ ਰਾਜ਼ੀ ਹੈਗੀ ਘੱਟੋ ਘੱਟ ਕੁਛ ਸੋਚ ਕੇ ਉਹਨੇ ਫੈਸਲਾ ਕੀਤਾ ਹੋਣਾ। ਹਰੇਕ ਨੂੰ ਆਪਦੀ ਜ਼ਿੰਦਗੀ ਦੇ ਫੈਸਲੇ ਲੈਣ ਦਾ ਹੱਕ ਹੈ, ਹਾਲਾਂਕਿ ਇਹ ਜ਼ਿੰਦਗੀ ਦਾ ਤਾਂ ਅਹਿਮ ਫੈਸਲਾ ਹੈਗਾ, ਉਹਨੇ ਜ਼ਿੰਦਗੀ ਕੱਟਣੀ ਹੈ ਨਾ। ਹਰਮਨ ਮੈਂ ਸਮਝਦਾ ਵੀ ਹਰ ਇੱਕ ਬੰਦੇ ਨੂੰ ਆਪਦੀ ਜ਼ਿੰਦਗੀ ਦੇ ਫੈਸਲੇ ਆਪ ਲੈਣੇ ਚਾਹੀਦੇ ਨੇ, ਪਰ ਤੂੰ ਉਦੋਂ ਜ਼ਿਆਦਾ ਸਮਝਦਾ ਰਹਿ ਜਿਵੇਂ ਉਹਨੇ ਕਿਹਾ ਤੂੰ ਮੰਨ ਲਿਆ। ਹਰਮਨ ਐਂ ਨਹੀਂ ਹੁੰਦਾ, ਅੱਜ ਕੱਲ੍ਹ ਬਹੁਤ ਚਲਾਕੀਆਂ ਚੱਲਦੀਆਂ ਨੇ, ਆਪਾਂ ਨੂੰ ਕੀ ਪਤਾ ਵੀ ਮੁੰਡਾ ਕਿਹੋ ਜਿਹਾ ਹੋਵੇ। ਜਿਵੇਂ ਉਹਨੇ ਕਹਿਤਾ ਆਪਣੇ ਉਵੇਂ ਨਹੀਂ ਮੰਨਣਾ, ਅਤੇ ਤੂੰ ਵੀ ਉਹਦੇ ਪਿੱਛੇ ਲੱਗ ਗਈ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਜੀ, ਆਪਾਂ ਨੂੰ ਆਪਣੇ ਬੱਚੇ ਦੀ ਪਰਵਾਹ ਹੈਗੀ ਹੈ ਨਾ, ਵੀ ਉਹਨੂੰ ਹਜੇ ਪਤਾ ਨਹੀਂ ਹੈਗਾ ਮੁੰਡਾ ਕਿਵੇਂ ਹੈ ਕਿਵੇਂ ਨਹੀਂ, ਉਹ ਕਿਹੜਾ ਹੁਣ ਉਹਦੇ ਘਰ ਦੇ ਵਿੱਚ ਵੜੀ ਹੈ। ਪਰ ਹਾਂ ਆਪਾਂ ਤਾਂ ਦੇਖ ਸਕਦੇ ਹਾਂ ਨਾ ਉਹਦੇ ਘਰ ਬਾਰੇ ਮੁੰਡੇ ਬਾਰੇ ਪਤਾ ਕਰ ਸਕਦੇ ਹਾਂਗੇ। ਜੇ ਆਪਾਂ ਨਾ ਕੁਛ ਕੀਤਾ ਨਾ ਸ਼ਾਇਦ ਮਨਪ੍ਰੀਤ ਸੋਚੂਗੀ ਵੀ ਪਤਾ ਨਹੀਂ ਮੇਰੇ ਘਰਦਿਆਂ ਨੇ ਮੇਰੀ ਗੱਲ ਨਹੀਂ ਮੰਨੀ। ਤੈਨੂੰ ਇਹ ਸਾਰੀਆਂ ਗੱਲਾਂ ਮਨਪ੍ਰੀਤ ਨੇ ਕਹੀਆਂ ਨੇ? ਹਾਂਜੀ। ਨਾਲੇ ਗੱਲ ਸੁਣੋ ਜੀ, ਜੇ ਮਨਪ੍ਰੀਤ ਨੇ ਕੋਈ ਗਲਤ ਸਟੈਪ ਚੱਕ ਲਿਆ ਆਪਾਂ ਨੇ ਨਾ ਕਰਤੀ ਫਿਰ ਕੀ ਕਰਾਂਗੇ? ਇੱਦੋਂ ਵਧੀਆ ਗਾ ਆਪਾਂ ਰਜ਼ਾਮੰਦੀ ਦਿਖਾ ਦਈਏ। ਉਹ ਤਾਂ ਮੈਂ ਸਮਝਦਾ, ਚੱਲ ਕੋਈ ਨਾ ਤੂੰ ਐਂ ਕਰੀ ਮਨਪ੍ਰੀਤ ਨੂੰ ਉਹਨਾਂ ਦਾ ਥਾਂ ਟਿਕਾਣਾ ਪੁੱਛ ਲਈ, ਮੈਂ ਵਿੱਚ ਕੋਈ ਬੰਦਾ ਪਾ ਕੇ ਉਹਨਾਂ ਬਾਰੇ ਸਾਰਾ ਕੁਛ ਪਤਾ ਕਰ ਲਓ, ਜੇ ਬੰਦੇ ਸਹੀ ਹੋਏ ਤਾਂ ਆਪਾਂ ਕਰ ਦਾਂਗੇ। ਉਹ ਗੱਲ ਤਾਂ ਠੀਕ ਹੈ ਜੀ, ਪਰ ਇੱਕ ਗੱਲੋਂ ਮੇਰਾ ਦਿਲ ਖੁੱਸਦਾ ਹੈਗਾ। ਕਿਹੜੀ? ਮਨਪ੍ਰੀਤ ਦੇਖ ਲਓ ਹੁਣ ਆਪਾਂ ਕਿੰਨੀ ਐਸ਼ ਕਰਾਈਏ ਮਨਪ੍ਰੀਤ ਨੂੰ, ਹਰ ਗੱਲ ਮੰਨੀ ਹੈ, ਹਰ ਉਹ ਰੀਝ ਪੂਰੀ ਕੀਤੀ ਆ ਉਹਦੀ, ਐਡੇ ਵੱਡੇ ਘਰ 'ਚ ਰਹਿ ਕੇ ਉਹ ਹੁਣ ਨਿੱਕੇ ਜਿਹੇ ਘਰ 'ਚ ਜਾ ਕੇ ਖੁਸ਼ ਰਹਿ ਲੂਗੀ। ਮੇਰੀ ਗੱਲ ਸੁਣ, ਆਪਾਂ ਕੋਈ ਮਾੜੇ ਮਰਦੇ ਹਾਂ? ਜੇ ਉਹਨਾਂ ਕੋਲ ਜ਼ਮੀਨ ਜਾਇਦਾਦ ਘੱਟ ਹੋਈ, ਰੱਬ ਦਾ ਦਿੱਤਾ ਹੋਇਆ ਆਪਣੇ ਲਵੇ ਸਾਰਾ ਕੁਛ ਆ,
ਕੋਈ ਗੱਲ ਨਹੀਂ, ਜੇ ਉਹਨਾਂ ਦਾ ਵੇ ਘੱਟ ਹੈ ਮੈਂ ਆਪਣੇ ਵਿੱਚ ਅੱਧਾ ਹਿੱਸਾ ਦੇ ਦੂੰਗਾ, ਪਰ ਮੇਰੀ ਭੈਣ ਖੁਸ਼ ਬਸਣੀ ਚਾਹੀਦੀ ਹੈ। ਸਹੀ ਗੱਲ ਹੈ ਜੀ, ਖੁਸ਼ ਰਹਿਣੀ ਚਾਹੀਦੀ ਹੈ ਮਨਪ੍ਰੀਤ। ਹਰਮਨ ਤੈਨੂੰ ਪਤਾ ਵੀ ਮਨਪ੍ਰੀਤ ਨੇ ਆਪਾਂ ਨੂੰ ਦੱਸਤਾ ਇਹੀ ਬਹੁਤ ਹੈ। ਬਹੁਤ ਕੁੜੀਆਂ ਹੁੰਦੀਆਂ ਨੇ ਜਿਹੜੀਆਂ ਬਿਨਾਂ ਦੱਸੇ ਆਹ ਗਲਤ ਕਦਮ ਚੱਕ ਜਾਂਦੀਆਂ ਨੇ, ਫਿਰ ਘਰਦਿਆਂ ਪਹਿਲੇ ਬਦਨਾਮੀ ਰਹਿ ਜਾਂਦੀ ਹੈ। ਮੇਰੇ ਵਾਸਤੇ ਆਹੀ ਮਾਣ ਵਾਲੀ ਗੱਲ ਹੈ ਵੀ ਉਹਨੇ ਮੈਨੂੰ ਦੱਸਿਆ। ਚੱਲ ਕੋਈ ਨਾ, ਮੈਂ ਕਰ ਲੂੰ ਉਹਨਾਂ ਨਾਲ ਗੱਲ। ਲਿਆਓ ਜੀ ਚਾਹ ਤਾਂ ਪੀਣਾ, ਕਾ ਹੱਥ ਜੀ ਲੈ ਕੇ ਜਾਏਂਗੀ। ਇਸ਼ਕ ਜਾ ਹੋ ਗਿਆ ਲੱਗਦਾ ਏ, ਚੈਨ ਸਾਡਾ ਖੋ ਗਿਆ ਲੱਗਦਾ ਏ, ਇਸ਼ਕ ਜਾ ਹੋ ਗਿਆ ਲੱਗਦਾ ਏ, ਚੈਨ ਸਾਡਾ ਖੋ ਗਿਆ ਲੱਗਦਾ ਏ, ਪਹਿਲੀ ਤੱਕਣੀ ਦੇ ਵਿੱਚ ਕੋਈ ਦਿਲ ਸਾਡਾ ਛੋ ਗਿਆ ਲੱਗਦਾ ਏ, ਪਹਿਲੀ ਤੱਕਣੀ ਦੇ ਵਿੱਚ ਕੋਈ ਦਿਲ ਸਾਡਾ ਛੋ ਗਿਆ ਲੱਗਦਾ ਏ, ਇਸ਼ਕ ਜਾ ਹੋ ਗਿਆ ਲੱਗਦਾ ਏ। ਸ਼ੁਕਰ ਆ ਵੀਰੇ ਨੇ ਤਾਂ ਕੋਈ ਇਹੋ ਜਿਹਾ ਗੁੱਸੇ ਵਾਲਾ ਰਿਐਕਟ ਹੀ ਨਹੀਂ ਕੀਤਾ। ਮੈਨੂੰ ਤਾਂ ਇਹ ਸੀ ਵੀ ਵੀਰਾ ਜੇ ਭਾਬੀ ਦੇ ਮੂੰਹੋਂ ਗੱਲ ਸੁਣੂੰਗਾ ਕਿਤੇ ਗੁੱਸੇ ਹੀ ਨਾ ਹੋ ਜਾਏ। ਵਾਹਿਗੁਰੂ ਜੀ ਤੁਸੀਂ ਤਾਂ ਮੇਰੇ ਹਮੇਸ਼ਾ ਹੀ ਅੰਗ ਸੰਗ ਹੀ ਰਹਿੰਦੇ ਹੋ। ਸਰ ਮੈਂ ਤਾਰੀ ਨੂੰ ਪਹਿਲਾਂ ਗੁੱਡ ਨਿਊਜ਼ ਦੱਸਦੀ ਹਾਂ, ਫੋਨ ਲਾ ਕੇ ਦੱਸਾਂ ਵੀ ਵੀਰਾ ਮੰਨ ਗਿਆ ਆਪਣੇ ਰਿਸ਼ਤੇ ਲਈ। ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ? ਓਏ ਹਾਲ ਚਾਲ ਤਾਂ ਠੀਕ ਹੈ, ਹੁਣ ਤੁਹਾਡਾ ਫੋਨ ਆ ਗਿਆ ਇੱਦੋਂ ਵੀ ਵਧੀਆ ਹੋ ਗਿਆ ਹਾਲ ਚਾਲ ਤਾਂ। ਤਾਰੀ ਤੁਹਾਡੇ ਲਈ ਇੱਕ ਗੁੱਡ ਨਿਊਜ਼ ਆ, ਬੁੱਝੋ ਭਲਾ ਕੀ ਆ? ਗੁੱਡ ਨਿਊਜ਼ ਹੈ, ਐਡਮਿਸ਼ਨ ਕਰਵਾਏਗੀ ਦੁਬਾਰਾ ਫੋਟ। ਓਏ ਨਹੀਂ ਐਡਮਿਸ਼ਨ ਨਹੀਂ ਕਰਵਾਉਣੀ। ਲੈ ਭਲਾ ਦੀ ਹੋਰ ਮੇਰੇ ਵਾਸਤੇ ਖੁਸ਼ੀ ਦੀ ਗੱਲ ਇਹੋ ਜਿਹੀ ਕਿਹੜੀ ਹੋ ਸਕਦੀ ਆ? ਤੁਹਾਡੇ ਘਰ 'ਚ ਵੋਟ ਬਣਵਾਉਂਗੀ ਆਪਦੀ ਆ ਕੇ। ਵੋਟ ਨਾ ਮਤਲਬ ਕੀ ਹੈ ਤੇਰਾ? ਮਤਲਬ ਇਹ ਵੀ ਮੈਂ ਭਾਬੀ ਨਾਲ ਗੱਲ ਕਰ ਲਈ ਸੀ ਆਪਣੇ ਰਿਸ਼ਤੇ ਬਾਰੇ, ਭਾਬੀ ਨੇ ਵੀਰੇ ਨਾਲ ਕਰ ਲਈ, ਵੀਰਾ ਕੁਛ ਵੀ ਨਹੀਂ ਬੋਲਿਆ ਬਸ ਮੰਨ ਗਿਆ। ਲੈ ਸੱਚੀ ਸੌਂ ਖਾ। ਸੌਂ ਲੱਗੇ ਤੁਹਾਡੀ, ਅੱਜ ਤੱਕ ਮੈਂ ਤੁਹਾਨੂੰ ਕਦੇ ਝੂਠ ਬੋਲਿਆ? ਦੇਖ ਮਨਪ੍ਰੀਤ ਮੇਰੇ ਨਾਲ ਮਜ਼ਾਕ ਨਾ ਕਰ, ਮੈਨੂੰ ਪਤਾ ਤੂੰ ਤਾਂ ਮਜ਼ਾਕ ਕਰਦੀ ਹੈ ਨਾ ਵੀ ਮੈਂ ਆਪਦੇ ਘਰੇ ਪਹਿਲਾਂ ਗੱਲ ਕਰਾਂ, ਇਹੀ ਗੱਲ ਹੈ? ਸੱਚੇ ਸੀਰੀਅਸਲੀ ਮੈਂ ਹੁਣੇ ਭਾਬੀ ਨੂੰ ਅਤੇ ਵੀਰੇ ਨੂੰ ਗੱਲਾਂ ਕਰਦੇ ਨੂੰ ਸੁਣਿਆ। ਵੀਰਾ ਕਹਿੰਦਾ ਵੀ ਕੋਈ ਗੱਲ ਨਹੀਂ, ਜੇ ਮਨਪ੍ਰੀਤ ਨੂੰ ਮੁੰਡਾ ਪਸੰਦ ਆ ਅਤੇ ਵਧੀਆ ਨਸ਼ੇ ਪੱਤੇ ਨਹੀਂ ਕਰਦਾ ਤਾਂ ਫਿਰ ਆਪਾਂ ਨੂੰ ਕੀ ਹਰਜ ਆ? ਚੱਲ ਸ਼ੁਕਰ ਹੈ ਮਾਲਕ ਦਾ, ਪਰ ਤੂੰ ਇਹ ਗੱਲ ਦੱਸ, ਤੂੰ ਆਪਦੇ ਵੀਰੇ ਨੂੰ ਇਹ ਗੱਲ ਦੱਸਦੀ ਵੀ ਵਾਲੀ ਜ਼ਮੀਨ ਨਹੀਂ ਆਉਂਦੀ ਮੈਨੂੰ? ਮੈਂ ਨਾ ਸੋਹਣਾ ਦਿਲ ਦੇਖਿਆ ਸੀਗਾ, ਜ਼ਮੀਨਾਂ ਜਾਇਦਾਦਾਂ ਤੋਂ ਮੈਂ ਕੀ ਲੈਣਾ, ਕੋਈ ਚੱਕਰ ਨਹੀਂ, ਵੀਰੇ ਨੂੰ ਕੋਈ ਮਤਲਬ ਨਹੀਂ ਜ਼ਮੀਨ ਤੱਕ, ਉਹਨਾਂ ਨੂੰ ਬਸ ਉਹਨਾਂ ਦੀ ਭੈਣ ਖੁਸ਼ ਦਿਸਣੀ ਚਾਹੀਦੀ ਆ।
ਚੱਲ ਚੰਗਾ ਬਾਬਾ, ਹੁਣ ਇਹ ਤਾਂ ਦੱਸ ਦੇ ਵੀ ਤੇਰੇ ਵੀਰੇ ਦੀ ਭੈਣ ਤਾਂ ਖੁਸ਼ ਹੈ ਨਾ, ਉਹ ਵੀ ਮੇਰੇ ਨਾਲ ਰਹਿ ਕੇ? ਬਹੁਤ ਜ਼ਿਆਦਾ। ਹੁਣ ਮੈਂ ਤਾਂ ਤੈਨੂੰ ਐਂ ਕਹਿਣਾ ਕਿਤੇ ਨਾ ਹੋਵੇ ਕੱਲ੍ਹ ਨੂੰ ਤੈਨੂੰ ਔਖਾ ਹੋ ਜਾਵੇ ਆ ਕੇ ਰਹਿਣਾ। ਇਹ ਤੁਸੀਂ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਹੋ? ਮੇਰੇ ਕਹਿਣ ਦਾ ਮਤਲਬ ਇਹ ਵੀ ਹੁਣ ਉੱਥੇ ਤਾਂ ਦੇਖ ਤੂੰ ਖੁੱਲ੍ਹੇ ਸੁਭਾਅ ਨਾਲ, ਖੁੱਲ੍ਹੇ ਖਾਣ ਪੀਣ 'ਚ, ਨਾ ਕੋਈ ਕੰਮ ਨਾ ਕੋਈ ਧੰਦਾ, ਵਧੀਆ ਚਾਵਾਂ ਲਾਡਾਂ ਨਾਲ ਪਲੀ ਹੋਈ ਆ, ਅਤੇ ਸਾਡੇ ਘਰ ਇੱਕ ਮਿਡਲ ਕਲਾਸ ਫੈਮਿਲੀ ਹੈ ਸਾਡੀ। ਤੁਹਾਡੇ ਘਰ ਨਾ ਮੈਨੂੰ ਕੁਛ ਨਹੀਂ ਚਾਹੀਦਾ, ਬਸ ਦੋ ਵਕਤ ਦੀ ਰੋਟੀ ਚਾਹੀਦੀ ਆ, ਉਹ ਤਾਂ ਤੁਸੀਂ ਦੇ ਹੀ ਸਕਦੇ ਹੋ ਨਾ। ਲੈ ਰੋਟੀ ਦੀ ਕੀ ਗੱਲ ਕਰਦੇ ਆ, ਰੋਟੀ ਤਾਂ ਚਾਹੇ ਤੂੰ ਦਿਨ 'ਚ 5 ਵਾਰੀ ਖਾ ਲਿਆ ਕਰੀ, ਇੰਨਾ ਵੀ ਗਿਆ ਗੁਜ਼ਰ ਰਹਿਣੀ ਮੈਂ, ਨਾਲੇ ਜਿਹੜੇ ਤੇਰੇ 4 ਲਾਡ ਨੇ ਨਾ ਉਹ ਵੀ ਹੌਲੀ ਹੌਲੀ ਸਾਰੇ ਪੂਰੇ ਕਰ ਦੂੰ, ਬਸ ਵੀਜ਼ਾ ਆ ਜਾਣ ਦੇ ਮੇਰਾ। ਸਭ ਤੋਂ ਵੱਡਾ ਚਾਅ ਤਾਂ ਮੇਰਾ ਇਹੀ ਸੀ ਵੀ ਆਪਣੇ ਘਰ ਦੇ ਮੰਨ ਜਾਣ, ਉਹ ਮੰਨ ਗਏ ਹੁਣ ਤਾਂ ਕੋਈ ਚਾਅ ਹੀ ਨਹੀਂ ਰਿਹਾ, ਅਤੇ ਵੀਜ਼ਾ ਤਾਂ ਤੁਹਾਡਾ ਜ਼ਰੂਰ ਆਊਗਾ। ਇਹਦਾ ਮਤਲਬ ਇਹ ਹੈ ਤੈਂ ਆਪਦੇ ਸਿਰੋਂ ਜ਼ਿੰਮੇਵਾਰੀ ਲਾ ਤੀ ਅਤੇ ਮੇਰੇ ਸਿਰ ਪਾ ਤੀ, ਹੈਂ? ਚਲੋ ਠੀਕ ਆ, ਹੁਣ ਮੈਂ ਬਾਹਲੀਆਂ ਗੱਲਾਂ ਨਹੀਂ ਕਰਦੀ, ਫਿਰ ਲਾਊਂਗੀ ਫੋਨ, ਬਾਏ। ਚੱਲ ਚੰਗਾ, ਮੈਂ ਵੀ ਕਰਦਾ ਅੱਜ ਗੱਲ ਬੇਬੇ ਨਾਲ, ਮੈਂ ਕਹਿਣਾ ਵੀ ਬਾਪੂ ਨੂੰ ਮਨਾ ਲੈ। ਠੀਕ ਹੈ। ਲੈ ਉਹ ਤਾਰੀਆ, ਕੁੜੀ ਤਾਂ ਫਿਰ ਆਪਦੇ ਵਾਅਦੇ 'ਤੇ ਪੱਕੀ ਰਹੀ, ਹੁਣ ਇਹਦਾ ਕਰੇ ਗੱਲ ਕਰ ਹੀ ਲਈ, ਹੁਣ ਗੱਲ ਤੇਰੇ 'ਤੇ ਹੈ। ਉਹ ਐਡੇ ਘਰ ਦੀ ਕੁੜੀ ਹੋ ਕੇ ਐਡਾ ਕੁ ਜਿਗਰਾ ਰੱਖਦੀ ਹੈ ਵੀ ਆਪਦੇ ਘਰੇ ਗੱਲ ਕਰ ਲਈ, ਆਪਦੇ ਵੀਰੇ ਨੂੰ ਵੀ ਮਨਾ ਲਿਆ ਅਤੇ ਭਾਬੀ ਨੂੰ ਵੀ, ਹੁਣ ਤੈਂ ਆਪਦੇ ਘਰਦਿਆਂ ਨੂੰ ਮਨਾਉਣਾ। ਚੱਲ ਹਾਂ, ਕੰਮ ਨਵੇੜ, ਫਿਰ ਕਰਦੇ ਹਾਂ। ਉੱਠ ਖੜ ਗਦੇ ਵਾਂਗੂ ਲਿਟਿਆ ਰਹਿਣਾ, ਕੋ ਕੰਮ ਕਾਰ ਵੀ ਕਰ ਲਿਆ ਕਰ, ਕਿਉਂ ਰਾਜ ਦਾ ਦੁਸ਼ਮਣ ਬਣਿਆ ਬੈਠਾ? ਓਏ ਓਏ, ਪੜ੍ਹੇ ਲਿਖੇ ਬਾਪ ਦੀ ਅਨਪੜ੍ਹ ਧੀਏ, ਕਿਉਂ ਮੇਰੀ ਨੀਂਦ ਖਰਾਬ ਕਰਦੀ ਹੁੰਦੀ ਹੈ ਜਦੋਂ 2 ਮਿੰਟ ਪਿਆ ਹੁੰਦਾ? ਰਾਤ ਕੀ ਚਰਖਾ ਕੱਤਦਾ ਸੀ? ਮੈਂ ਕੰਮ ਤੋਂ ਆਇਆ ਸੀ ਰਾਤ ਖੇਤੋਂ। ਸਾਰੀ ਰਾਤ ਸੁੱਤਾ ਨਹੀਂ? ਫਿਰ ਸੁੱਤਾ ਨਹੀਂ, ਐਂ ਕਿਉਂ ਨੀਂਦ ਆਉਂਦੀ ਆ, ਉੱਥੇ ਥਕਾਵਟ ਜ਼ਿਆਦਾ ਹੋ ਗਈ। ਔਰ ਹੋ ਗਈ ਤੈਨੂੰ ਥਕਾਵਟ? ਉੱਥੇ ਸੀਰੀ ਦੋ ਦੋ ਰੱਖੇ ਹੋਏ ਆ, ਤੈਨੂੰ ਕਾਹਦੇ ਨਾਲ ਥਕਾਵਟ ਹੋ ਗਈ? ਸੀਰੀ ਵੀ ਇਕੱਲੇ ਕੰਮ ਨਹੀਂ ਕਰਦੇ, ਉਹਨਾਂ ਦੇ ਨਾਲ ਮਰਨਾ ਪੈਂਦਾ। ਹੋਰ ਮਰਨਾ ਪੈਂਦਾ? ਹਾਂ, ਇੱਥੇ ਘਰੇ ਬੈਠੀ ਰਹਿਣੀ ਆ ਛਾਵੇਂ ਲਾ ਕੇ ਪੱਖਾ। ਘਰ ਕੀ ਮੈਂ ਵਿਹਲੀ ਬੈਠੀ ਆ? ਵਿਹਲੀ ਬੈਠ ਫਿਰ ਉੱਥੇ, ਇੱਥੇ ਕਿਹੜੀ ਤੂੰ ਮੂੰਗੀ ਕੁੱਟਦੀ ਆ? ਕੰਮ ਤੇਰੀ ਮਾਂ ਕਰਦੀ ਇੱਥੇ ਸਿਵਿਆਂ 'ਚੋਂ ਆ ਕੇ। ਢੰਗ ਨਾਲ ਬੋਲ, ਨਾਲੇ ਨਾਲੇ ਮੇਰੀ ਗੱਲ ਸੁਣ ਲੈ, ਉਹ ਸੀਰੀ ਨਹੀਂ ਹੁੰਦੇ ਦਿਹਾੜੀਏ ਨੇ, ਕੋਈ ਆਪਣੇ ਪੱਕੇ ਨਹੀਂ ਰੱਖੇ ਜਿਹੜੇ ਤੈਨੂੰ ਇਹ ਕਢਾ ਕੇ ਕੰਮ ਕਰਕੇ ਦੇਣਗੇ। ਮੈਨੂੰ ਨਹੀਂ ਪਤਾ ਉਹ ਸੀਰੀ ਆ ਕਿ ਦਿਹਾੜੀਏ ਆ, ਬਸ ਮੇਰੀ ਇੱਕ ਗੱਲ ਸੁਣ ਲੈ ਪਹਿਲਾਂ ਧਿਆਨ ਨਾਲ, 24 ਘੰਟੇ ਕਲੇਸ਼ ਪਾ ਕੇ ਫਿਰਦਾ ਰਹਿੰਦਾ, ਰਾਤ ਤਾਂ ਤੈਨੂੰ ਦੱਸਣ ਦਾ ਟਾਈਮ ਨਹੀਂ ਲੱਗਾ। ਤਾਰੀ ਆਪਣੇ ਨੇ ਕੁੜੀ ਪਸੰਦ ਕਰ ਲਈ। ਕੁੜੀ ਪਸੰਦ ਕਰ ਲਈ? ਹਾਂ, ਹੁਣ ਤਾਂ ਆਪਣੀਆਂ ਪੌਂ 12 ਹੋਣ ਵਾਲੀਆਂ ਆ, ਪੌਂ 12। ਓਏ ਪੌਂ 12 ਨੂੰ ਤੂੰ ਕਿਹੜਾ ਪਟਵਾਰਨ ਲੱਗ ਗਈ ਜਾਂ ਤੈਨੂੰ ਕੋਈ ਖਜ਼ਾਨਾ ਮਿਲ ਗਿਆ? ਪਟਵਾਰੀ ਮੇਰੇ ਮੂਹਰੇ ਕੀ ਨੇ, ਹੁਣ ਤਾਂ ਆਪਾਂ ਪਟਵਾਰੀਆਂ ਤੋਂ ਵੀ ਉੱਪਰ ਹੋਵਾਂਗੇ ਉੱਪਰ। ਹੁਣ ਦੇਖੀ ਜਿਹੜਾ ਬਲੈਂਕ ਚੈੱਕ ਆ ਨਾ, ਬਲੈਂਕ ਚੈੱਕ, ਉਹਦੇ 'ਤੇ ਜਿੰਨੀ ਮਰਜ਼ੀ ਮੈਂ ਰਕਮ ਭਰ ਲਵਾਂ, ਹੁਣ ਤਾਂ ਮਾਲਾ ਮਾਲ ਹੋਵਾਂਗੇ, ਮਾਲਾ ਮਾਲ। ਉਹ ਮੈਨੂੰ ਗੱਲ ਸੁਣ ਲਾ ਮੇਰੀ ਤੋਂ ਇੱਕ, ਫਿਰ ਮੈਂ ਤੈਨੂੰ ਕਹਿਣਾ ਪੜ੍ਹੇ ਲਿਖੇ ਬਾਪ ਦੀ ਅਨਪੜ੍ਹ ਕੁੜੀਏ ਧੀਏ, ਉਹ ਤੂੰ ਜਿਹੜੇ ਆ ਬਲੈਂਬ ਲੂਣ ਜਿਹਾ ਦੋ ਸ਼ਬਦ ਸਿੱਖੇ ਨਾ, ਇਹ ਆਪਦੇ ਕੋਲ ਹੀ ਰੱਖਿਆ ਕਰ, ਐਵੇਂ ਨਾ ਵਰਤਿਆ ਕਰ ਸ਼ਬਦ, ਤੂੰ ਪੜ੍ਹੀ ਨਹੀਂ ਹੈਗੀ ਇੰਨੀ। ਮੇਰੀ ਗੱਲ ਸੁਣ ਲੈ, ਜਿਹੜੀ ਤਾਰੀ ਨੇ ਕੁੜੀ ਪਸੰਦ ਕੀਤੀ ਆ ਨਾ, ਉਹ ਬਹੁਤ ਤਕੜੀ ਫੈਮਿਲੀ 'ਚੋਂ ਆ, ਤਕੜੀ ਮਤਲਬ ਅਮੀਰ ਫੈਮਿਲੀ 'ਚੋਂ, ਅਤੇ ਉਹਦੇ ਭਾਈ ਕੋਲ
ਪੂਰੇ 25 ਕਿੱਲੇ ਨੇ 25 ਕਿੱਲੇ ਅਤੇ ਜਦੋਂ ਤਾਰੀ ਵਿਆਹਿਆ ਗਿਆ ਹਾਏ ਰੱਬਾ ਫਿਰ ਦੇਖੀ ਕਿਵੇਂ ਮੈਂ ਗਿਣ ਗਿਣ ਕੇ ਉਹਨਾਂ ਤੋਂ ਚੀਜ਼ਾਂ ਲੈਂਦੀ ਹਾਂ ਅਤੇ ਆ ਇਹਦੇ ਥਾਂ ਪਊਗੀ ਵੱਡੀ ਸਾਰੀ ਕੱਠੀ ਘਰ ਖੜੀ ਹੋਊਗੀ ਗੱਡੀ ਅਤੇ ਗਲ 'ਚ ਮੇਰੇ ਹੋਊਗਾ ਰਾਣੀ ਹਾਰ ਫਿਰ ਦੇਖ ਆਂਢ ਗੁਆਂਢ ਕਿਵੇਂ ਮੱਚਦੇ ਨੇ ਫਿਰ ਕਹਿਣਗੇ ਵੀ ਕੁਲਦੀਪ ਦਸਾਂਝ ਨੇ ਮੁੰਡਾ ਵਿਆਹਿਆ ਟੋਪ ਦੇ ਘਰ ਟੋਪ ਦੇ ਓਏ ਗੱਲ ਸੁਣੋ ਏ ਆਹ ਸ਼ੇਕ ਚਿੜੀ ਵਾਲੇ ਸੁਪਨੇ ਲੈਣੇ ਨਾ ਬੰਦ ਕਰ ਦੇ ਅਗਲਾ ਤੈਨੂੰ ਕੌਣ ਦੇਊਗਾ 25 ਕਿੱਲੇ ਅਗਲੇ ਦੇ ਆਪਦੇ ਵਾਸਤੇ ਹੈ ਉਹ ਤੇਰੇ ਵਾਸਤੇ ਨਹੀਂ ਦਾਜ ਦਾ ਲਾਲਚ ਨਾ ਕਰ ਤੂੰ ਬਹਿ ਜਾ ਆਰਾਮ ਨਾਲ ਤੇਰੀ ਕਾਲੀ ਜਵਾਨ ਮੈਂ ਉਹਨੀ ਕੁਛ ਨਹੀਂ ਦੇਣਾ ਉਹਨਾਂ ਦੀ ਇਕੱਲੀ ਇਕੱਲੀ ਕੁੜੀ ਆ ਤੇਰੀ ਰਹੀ ਉਹੀ ਛੋਟੀ ਸੋਚ ਬਸ ਤੂੰ ਗਰੀਬੀ 'ਚ ਜੰਮਿਆ ਗਰੀਬੀ 'ਚ ਪਲਿਆ ਅਤੇ ਗਰੀਬੀ 'ਚ ਮਰੂਗਾ ਇਹੀ ਸੋਚ ਹੈ ਤੇਰੀ ਉਹ ਗਰੀਬੀ 'ਚ ਜੰਮਣਾ ਜਾਂ ਗਰੀਬੀ 'ਚ ਮਰ ਜਾਣਾ ਇਹ ਗਲਤ ਨਹੀਂ ਗਲਤ ਇਹ ਹੈ ਭਖਿਆਰੀ ਬਣਨਾ ਨਾਲੇ ਤੂੰ ਮੁੰਡਾ ਵਿਆਹੁਣ ਲੱਗੀ ਹੈ ਕਿ ਉਹਦਾ ਮੁੱਲ ਪਾਉਣ ਲੱਗੀ ਹੈ ਮਨਪ੍ਰੀਤ ਮਨਪ੍ਰੀਤ ਕੁੜੀ ਵੀ ਨਾ ਕਿੱਥੇ ਚਲੀ ਜਾਂਦੀ ਹੈ ਮਨਪ੍ਰੀਤ ਹਾਂਜੀ ਭਾਬੀ ਤੈਨੂੰ ਇੱਕ ਗੁੱਡ ਨਿਊਜ਼ ਦੇਣੀ ਹੈ ਹਾਂਜੀ ਦੱਸੋ ਤੇਰਾ ਵੀਰਾ ਮੰਨ ਗਿਆ ਹਾਏ ਸੱਚੀ ਭਾਬੀ ਹਾਂ ਹਾਏ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਵੀਰੇ ਨੇ ਮੰਨ ਨਹੀਂ ਜਾਣਾ ਉਹ ਕੋਈ ਗੱਲ ਨਹੀਂ ਮੋੜਦੇ ਮੇਰੀ ਦੇਖ ਲੈ ਆਹ ਮਹਿੰਦੀ ਖਰਾਬ ਹੋ ਗਈ ਤੇਰੀ ਚੱਲ ਕੋਈ ਗੱਲ ਨਹੀਂ ਭਾਬੀ ਹੁਣ ਤਾਂ ਫਿਰ ਵਿਆਹ ਨਹੀਂ ਲੱਗ ਦੂ ਚੱਲ ਕੋਈ ਨਾ ਮੈਂ ਤੈਨੂੰ ਐਂ ਕਹਿਣਾ ਸੀਗਾ ਤੈਨੂੰ ਤਾਂ ਪਤਾ ਹੀ ਆ ਤੇਰੇ ਵੀਰੇ ਦੀ ਆਲੇ ਦੁਆਲੇ ਦੇ ਪਿੰਡਾਂ ਨਾਲ ਕਿੰਨੀ ਜਾਣ ਪਹਿਚਾਣ ਹੈ ਕਿੰਨਾ ਆਦਰ ਮਾਣ ਕਰਦੇ ਆ ਸਾਰੇ ਅਤੇ ਆਪਾਂ ਤੇਰਾ ਵਿਆਹ ਐਵੇਂ ਚੋਰੀ ਛੁਪੇ ਤਾਂ ਕਰ ਨਹੀਂ ਸਕਦੇ ਨਾ ਛੋਟਾ ਮੋਟਾ ਕਰ ਸਕਦੇ ਹੈ ਨਾ ਅਤੇ ਤੂੰ ਹੋਰ ਮੁੰਡੇ ਨੂੰ ਐਂ ਕਹਿ ਦੇ ਵੀ ਵਿੱਚ ਵਿਚਾਲੇ ਵਿਚੋਲਾ ਪਾ ਲਵੇ ਆਪਾਂ ਤੇਰਾ ਵਿਆਹ ਪੂਰਾ ਗੱਜ ਵੱਜ ਕੇ ਕਰਾਂਗੇ ਹੈਂ ਆਲੇ ਦੁਆਲੇ ਪਿੰਡਾਂ ਦੇ ਸਾਰੇ ਪੰਚਾਇਤਾਂ ਨੂੰ ਸੱਦਾਂਗੇ ਸਾਰਿਆਂ ਨੂੰ ਸੱਦਾਂਗੇ ਜਿੰਨੇ ਹੋਣਗੇ ਰਿਸ਼ਤੇਦਾਰ ਆਪਾਂ ਸਾਰਿਆਂ ਨੂੰ ਬੁਲਾਵਾਂਗੇ ਠੀਕ ਆ ਭਾਬੀ ਜਿਵੇਂ ਵੀਰੇ ਨੇ ਕਿਹਾ ਨਾ ਮੈਂ ਉਵੇਂ ਕਹਿ ਦੂੰਗੀ ਉਹਨਾਂ ਨੂੰ ਵਿਚੋਲਾ ਵੀ ਪਾ ਲਾਂਗੇ ਵਿੱਚ ਸਾਰਾ ਕੁਛ ਹੋ ਜੂਗਾ ਪਰ ਸੱਚੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਜਿਹੜਾ ਤੁਸੀਂ ਵੀਰੇ ਨਾਲ ਆਪ ਹੀ ਗੱਲ ਕਰ ਲਈ ਮੈਨੂੰ ਤਾਂ ਡਰ ਹੀ ਲੱਗੀ ਜਾਂਦਾ ਸੀ ਵੀ ਵੀਰਾ ਪਤਾ ਨਹੀਂ ਅੱਗੋਂ ਕੀ ਕਹੂਗਾ ਲੈ ਹੈ ਕਮਲੀ ਮੰਨੂਗਾ ਕਿਉਂ ਨਹੀਂ ਤੇਰੀ ਗੱਲ ਨਾਲੇ ਉਹਨੇ ਕੀ ਕਹਿਣਾ ਸੀਗਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਤੇਰੀਆਂ ਸਾਰੇ ਰੀਝਾਂ ਪੂਰੀ ਕਰਦੇ ਆ ਰਿਹਾ ਉਹ ਹੈ ਨਾ ਅਤੇ ਆਹ ਗੱਲ ਤਾਂ ਨਾ ਕਰ ਹੀ ਨਹੀਂ ਸਕਦਾ ਹਾਏ ਭਾਬੀ ਖੁਸ਼ ਰਹਿ ਚੰਗਾ ਅਤੇ ਹਾਂ ਇੱਕ ਗੱਲ ਹੋਰ ਤੂੰ ਐਡਜਸਟ ਕਰ ਲੇਂਗੀ ਨਾ ਭਾਬੀ ਐਡਜਸਟ ਕਰਨ ਨੂੰ ਕੀ ਹੋਇਆ ਜਦੋਂ ਮੇਰੀ ਪਸੰਦ ਦਾ ਮੇਰਾ ਪਾਰਟਨਰ ਮਿਲ ਰਿਹਾ ਮੈਨੂੰ ਫਿਰ ਮੈਂ ਐਡਜਸਟ ਕਿਉਂ ਨਹੀਂ ਕਰੂੰਗੀ ਕੋਈ ਗੱਲ ਨਹੀਂ ਤੁਸੀਂ ਜਮੇ ਟੈਨਸ਼ਨ ਨਾ ਲਓ ਤੁਹਾਨੂੰ ਕੋਈ ਗੱਲ ਦਾ ਲਾਂਭਾ ਨਹੀਂ ਆਊਗਾ ਕੋਈ ਗੱਲ ਨਹੀਂ ਜੇ ਤੈਨੂੰ ਦਿੱਕਤ ਆਊਗੀ ਵੀ ਨਾ ਵੈਸੇ ਤੇਰਾ ਵੀਰਾ ਦਿੱਕਤ ਆਉਣ ਨਹੀਂ ਦਿੰਦਾ ਹੈਗਾ ਤੈਨੂੰ ਬਹੁਤ ਕੁਛ ਦੇ ਕੇ ਭੇਜਾਂਗੇ ਅਸੀਂ ਤਾਂ ਕਿ ਤੈਨੂੰ ਕੋਈ ਪ੍ਰੋਬਲਮ ਹੀ ਨਾ ਹੋਵੇ ਠੀਕ ਆ ਭਾਬੀ ਤੁਹਾਡੀ ਇਕੱਲੀ ਇਕੱਲੀ ਤਾਂ ਭੈਣ ਆ ਤੂੰ ਹੈ ਨਾ ਕਿਹਨੂੰ ਭਖਾਰੀ ਕਹਿਣਾ ਮੈਂ ਕੋ ਭਖਾਰਨਾ ਜੋ ਕੁਛ ਦੇਣਾ ਉਹਨੇ ਆਪਣੀ ਧੀ ਨੂੰ ਦੇਣਾ ਸਾਨੂੰ ਨਹੀਂ ਦੇਣਾ ਲੱਗੀ ਸਮਝ ਨਾਲੇ ਨੱਕ ਹਾਂ ਰੱਖਣ ਨੂੰ ਨਾ ਆਪਣੀ ਧੀ ਨੂੰ ਸਾਰੇ ਦਿੰਦੇ ਨੇ ਆਹੋ ਓਏ ਪੁੱਤ ਆ ਤੂੰ ਰਾਤ ਕਰੀ ਜਾਂਦੇ ਬਾਪੂ ਓਏ ਤੈਨੂੰ ਮੈਂ ਦੱਸਦਾ ਯਾਰ ਰਾਤ ਕਿਤੇ ਤੂੰ ਆਪਦੀ ਮਾਂ ਨੂੰ ਕੁਛ ਦੱਸਿਆ ਸੀ ਤੂੰ ਕੁਛ ਹਾਂ ਦੱਸਿਆ ਸੀ ਦੱਸਿਆ ਨਾ ਤੂੰ ਇਹ ਉਸੇ ਗੱਲ ਨੂੰ ਲੈ ਕੇ ਕਹਿੰਦੀ ਮੇਰਾ ਪੁੱਤ ਐਡੇ ਵੱਡੇ ਘਰੇ ਵਿਆਹ ਜਾਊ ਮੈਂ ਦਾਜ ਲਊ ਮੈਂ ਗੱਡੀਆਂ ਲਊ
ਅਸੀਂ ਅਜੇ ਗੱਲਾਂ ਕਰਨ ਲੱਗੀ ਪਈ ਆ ਦੇਖ ਮਾਂ ਕਿਉਂ ਬੋਲੀਆਂ ਗੱਲਾਂ ਕਰਦੀ ਹੁੰਦੀ ਹੈ ਤੂੰ ਸ਼ੁਕਰ ਮਨਾ ਤੇਰੇ ਪੁੱਤ ਦਾ ਰਿਸ਼ਤਾ ਇਹੋ ਜਿਹੇ ਘਰੇ ਹੋਣ ਲੱਗਿਆ ਤੂੰ ਘੱਟੋ ਘੱਟ ਦਾਜ ਵਾਲਾ ਮੂੰਹ ਕਿਉਂ ਵੜਦੀ ਆ ਲੈ ਸਾਨੂੰ ਦੇਣਾ ਆਪਣੀ ਧੀ ਨੂੰ ਦੇਣਾ ਸਾਰੇ ਦਿੰਦੇ ਨੇ ਜੱਗੋ ਬਾਰਾ ਦੇਣਾ ਦਾਜ ਨਹੀਂ ਆਪਣੀ ਧੀ ਨੂੰ ਉਹ ਜੇ ਮੇਰੀ ਕੀ ਆ ਬਾਪੂ ਮੇਰੀ ਗੱਲ ਸੁਣੋ ਅਗਲਾ ਆਪਦੀ ਧੀ ਨੂੰ ਪੁੱਛ ਦੇਵੇ ਜਿਸ ਹਿਸਾਬ ਨਾਲ ਉਹਨਾਂ ਦਾ ਕਾਰੋਬਾਰ ਹੈ ਉਹੀ ਬਥੇਰਾ ਘਰ ਭਰ ਦੇਣਗੇ ਤੁਹਾਡਾ ਉਹ ਨਾਲੇ ਮੂੰਹੋਂ ਮੰਗ ਕੇ ਨਹੀਂ ਕੁਛ ਲੈਣਾ ਲੈ ਮੂੰਹੋਂ ਮੰਗ ਕੇ ਨਹੀਂ ਲੈਣਾ ਕਿਉਂ ਬਈ ਹੈ ਮੈਂ ਤਾਂ ਲਾਉਂਗੀ 25 ਲੱਖ ਰੁਪਈਆ ਕੈਸ਼ ਤੇ ਬਾਕੀ ਗੱਡੀ ਕੋਠੀ ਜ਼ਮੀਨ ਪਲਾਟ ਸਾਰਾ ਕੁਛ ਕਿਉਂ ਇਸੇ ਰੀਝਾਂ ਨਾਲ ਤਾਂ ਮੈਂ ਆਪਣੇ ਪੁੱਤ ਨੂੰ ਪਾਲਿਆ ਓਏ ਗੱਲ ਸੁਣੋ ਏ ਆ 25 ਲੱਖ ਵਾਲਾ ਜਾਂ ਗੱਡੀ ਵਾਲਾ ਤੇਰਾ ਮੂੰਹ ਹੈਗਾ ਹੈ ਮਾਂ ਨਾਲੇ ਮੈਂ ਮਨਪ੍ਰੀਤ ਨੂੰ ਪਿਆਰ ਕਰਿਆ ਨਾ ਕਿਤੇ ਜ਼ਮੀਨ ਜਾਇਦਾਦ ਨੂੰ ਦੇਖ ਕੇ ਲੈ ਪੁੱਤ ਹੁਣ ਮੈਂ ਆਪਣੇ ਪੁੱਤ ਨਾਲ ਮਜ਼ਾਕ ਵੀ ਨਹੀਂ ਕਰਦੀ ਮੈਂ ਵੀ ਤਾਂ ਮਜ਼ਾਕ ਹੀ ਕਰਦੀ ਹਾਂ ਪੁੱਤ ਜਿਹਨੇ ਧੀ ਦੇ ਤੀ ਆਪਣੇ ਕਾਲਜੇ ਦਾ ਟੁਕੜਾ ਦੇ ਤਾ ਕੱਢ ਕੇ ਉਹਨੇ ਪਿੱਛੇ ਕੀ ਰੱਖਿਆ ਮੈਂ ਨਹੀਂ ਦਾਜ ਲੈਂਦੀ ਪੁੱਤ ਨਾ ਮੈਨੂੰ ਲੋੜ ਆ ਮੈਨੂੰ ਤਾਂ ਤੇਰੀ ਖੁਸ਼ੀ ਚਾਹੀਦੀ ਆ ਜੇ ਆਹ ਗੱਲ ਹੈ ਨਾ ਮਾਂ ਤਾਂ ਫਿਰ ਬਹੁਤ ਚੰਗਾ ਹੋਇਆ ਅਤੇ ਮੇਰੀ ਗੱਲ ਸੁਣ ਨਾਲੇ ਤੂੰ ਆਪਦੀ ਨੂੰਹ ਨੂੰ ਦੇਖ ਕੇ ਦੇਖੀ ਤੇਰੀ ਨੂੰ ਇੰਨੀ ਸੋਹਣੀ ਹੈ ਨਾ ਸਾਰੇ ਪਿੰਡ 'ਚ ਗੱਲਾਂ ਹੋਣਗੀਆਂ ਆ ਜਿਹੜੇ ਸ਼ਰੀਕ ਤੇਰੇ ਕੰਧਾਂ 'ਤੇ ਚੜ੍ਹ ਚੜ੍ਹ ਕੇ ਆਪਣੀਆਂ ਲੜਾਈਆਂ ਸੁਣਦੇ ਨੇ ਨਾ ਉਹ ਕੰਧਾਂ 'ਤੇ ਚੜ੍ਹ ਚੜ੍ਹ ਕੇ ਤੇਰੀ ਨੂੰਹ ਨੂੰ ਦੇਖਣਗੇ ਵੀ ਲੈ ਕੁਲਦੀਪ ਕੌਰ ਦੀ ਇੰਨੀ ਸੋਹਣੀ ਨੂੰ ਸਹੀ ਗੱਲ ਹੈ ਪੁੱਤ ਮੈਨੂੰ ਤਾਂ ਕੁਛ ਨਹੀਂ ਚਾਹੀਦਾ ਬਸ ਨਾ ਹੁਣ ਤੇਰੀ ਜ਼ਬਾਨ ਮੈਨੂੰ ਐਂ ਮਿੱਠੀ ਚਾਹੀਦੀ ਹੈ ਤੇਰੀ ਜ਼ਬਾਨ 'ਚੋਂ ਮੁੜ ਕੇ ਪਹਿਲਾਂ ਵਾਲੇ ਸ਼ਬਦ ਕੋਈ ਵੀ ਨਾ ਨਿਕਲਣ ਸਮਝ ਗਈ ਮੇਰੀ ਗੱਲ ਚੱਲ ਮੈਂ ਕਰ ਮੈਨੂੰ ਰੋਟੀ ਦੇ ਦੇ ਅੱਛਾ ਪੁੱਤ ਰੋਟੀ ਤਾਂ ਬਣੀ ਪਈ ਰੋਟੀ ਸੋਚਦੀ ਹੈ ਕੁਛ ਹੋਰ ਹੀ ਜਾਣਦਾ ਮੈਂ ਤੈਨੂੰ ਮੋਮੋ ਠੱਗਣੀ ਨੂੰ ਮੁੰਡੇ ਮੂਹਰੇ ਸੱਚੀ ਹੁੰਦੀ ਹੈ ਲੈ ਇਹ ਕੀ ਸੋਚਦੇ ਆ ਕਿ ਮੈਂ ਦਾਜ ਨਹੀਂ ਲੈਣਾ ਇੰਨੇ ਸਾਲ ਹੋ ਗਏ ਮੈਂ ਆਪਣਾ ਪੁੱਤ ਪਾਲ ਕੇ ਵੱਡਾ ਕੀਤਾ ਤਪੱਸਿਆ ਕੀਤੀ ਕਿ ਜਿਹੜੀ ਭੰਗ ਇਸ ਘਰ ਵਿੱਚ ਪੁੱਜਦੀ ਆ ਨਾ ਉਹ ਵਿਆਹ ਤੋਂ ਬਾਅਦ ਨਾ ਪੁੱਜੇ ਇਹੀ ਤਾਂ ਮੈਨੂੰ ਮੇਰੇ ਪੁੱਤ ਤੋਂ ਮੇਰਾ ਲਾਲਚ ਸੀ ਕਿ ਮੈਂ ਉਹਨੂੰ ਬਹੁਤ ਵੱਡੇ ਘਰ ਵਿਆਹੂੰਗੀ ਅਤੇ ਤੁਸੀਂ ਕਹਿੰਦੇ ਆ ਦਾਜ ਨਹੀਂ ਲੈਣਾ ਇਹ ਕਿਵੇਂ ਹੋ ਸਕਦਾ ਇਹ ਤਾਂ ਮੈਂ ਕਤਈ ਨਹੀਂ ਹੋਣ ਦੇਣਾ ਨਾ ਕੁਲਦੀਪ ਕੌਰ ਨੇ ਇਸੇ ਘਰ ਦੇ ਵਿੱਚ ਕੋਠੀ ਪਾ ਕੇ ਉਹ ਵੀ ਬੰਗਲੇ ਵਰਗੀ ਗੱਡੀ ਖੜੀ ਕੀਤੀ ਨਾ ਤਾਂ ਮੇਰਾ ਨਾਂ ਵੀ ਕੁਲਦੀਪ ਦਸਾਂਝ ਨੇ ਤੁਹਾਡੀ ਮਰਜ਼ੀ ਥਿੱਕੇ ਨੇ ਚੱਲਣ ਦੇਣੀ ਆ ਇਹ ਤਾਂ ਕੁਲਦੀਪ ਨੂੰ ਪਤਾ ਵੀ ਉਹਨੇ ਕੀ ਕਰਨਾ ਅਤੇ ਕੀ ਨਹੀਂ ਬਸ ਇੱਕ ਵਾਰ ਵਿਆਹ ਹੋ ਜਾਵੇ ਬਾਕੀ ਬਾਅਦ 'ਚ ਮੈਂ ਜਾਣਾ ਜਾਂ ਮੇਰਾ ਕੰਮ ਜਾਣੇ ਲੈ ਦੇਖ ਲਾ ਲੈ ਉਹਨਾਂ ਦੀ ਇਹੀ ਕਰਕੇ ਓਕੇ ਤੇਰੀ ਰਹੀ ਉਹੀ ਛੋਟੀ ਸੋਚ ਵੀ ਗਰੀਬੀ 'ਚ ਜੰਮਿਆ ਕਰੀਮ ਅਸੀਂ ਵਿਆਹ ਕਰਵਾਉਣਾ ਇੱਕ ਦੂਜੇ ਨਾਲ ਵਿਆਹ ਮਨਪ੍ਰੀਤ ਤੂੰ ਹਜੇ ਇੱਕ ਜਗ੍ਹਾ ਕਰਦੀ ਚੜੀ ਤੈਨੂੰ ਪਤਾ ਤੇਰੇ ਵੀਰੇ
ਭਾਬੀ ਅਸੀਂ ਵਿਆਹ ਕਰਵਾਉਣਾ ਇੱਕ ਦੂਜੇ ਨਾਲ। ਵਿਆਹ? ਮਨਪ੍ਰੀਤ ਇਹ ਕਿਹੋ ਜਿਹੀਆਂ ਗੱਲਾਂ ਕਰਦੀਆਂ ਤੂੰ? 13,000 ਪਾਲਾ ਮਿਸਤਰੀ ਚਾਦਰੇ ਦੀ ਗਾ ਕੱਲੇ ਤੁਹਾਨੂੰ ਇਹ ਕੰਮ ਨੇ ਹਨਾ, ਹੋਰ ਨੂੰ ਤਾਂ ਕਿਸੇ ਨੂੰ ਕੋਈ ਕੰਮ ਹੀ ਨਹੀਂ ਹੁੰਦੇ। ਓਏ ਅਸੀਂ ਤਾਂ ਕੈ ਵਾਰ ਆ ਗਏ ਯਾਰ, ਤੁਸੀਂ ਇਹ ਨਹੀਂ ਆਉਂਦੇ। ਲੈ ਭਲਾ ਦੀ ਹੋਰ ਮੇਰੇ ਵਾਸਤੇ ਖੁਸ਼ੀ ਦੀ ਗੱਲ ਇਹੋ ਜਿਹੀ ਕਿਹੜੀ ਹੋ ਸਕਦੀ ਆ? ਦੁਬਾਰੇ ਸੱਤੇ ਆਹ ਵਿੱਚ ਬੋਲਦਾ। ਲੈ ਭਲਾ ਦੀ ਹੋਰ ਮੇਰੇ ਵਾਸਤੇ ਖੁਸ਼ੀ ਦੀ ਗੱਲ ਇਹੋ ਜਿਹੀ ਕਿਹੜੀ ਹੋ ਸਕਦੀ ਆ? ਸਾਰੀ ਨਹੀਂ ਮਜ਼ਾਕ, ਸੱਚੀ ਸੀਰੀਅਸਲੀ ਮੈਂ ਹੁਣੇ ਦੀਦੀ ਨੂੰ ਤੇ ਵੀਰੇ ਨੂੰ ਦੀਦੀ ਇਹ ਗੱਲ ਮੈਂ ਵਾਰ ਵਾਰ ਰਿਪੀਟ ਨਹੀਂ ਕਰ ਰਹੀ, ਇਹ ਗੱਲ ਆਪਣੇ ਦਿਮਾਗ 'ਚ ਬਿਠਾ ਲੈ। ਸੋਰੀ, ਇਹ ਗੱਲ ਮੈਂ ਵਾਰ ਵਾਰ ਰਿਪੀਟ ਨਹੀਂ ਕਰਨੀ, ਇਹ ਗੱਲ ਨਾ ਆਪਣੇ ਖਾਨੇ 'ਚ ਬਿਠਾ ਲੈ। ਕੌੜਾ ਜਾ ਬੋਲ, ਤੇਰੇ ਨਾਲ ਤਾਂ ਮੈਂ ਬਾਅਦ 'ਚ ਨਜਿੱਠਦੀ। ਤਿੱਤਰ ਹੈ ਉਹ ਕੁਲਦੀਪ ਕੋਰੇ, ਮਾੜੀ ਮੋਟੀ ਮੇਰੀ ਮੈਂ ਸੱਚੀ ਬੋਲਦੀ ਬਾਬੂ? ਕੋਈ ਹਾਂ ਹਾਂ ਬੋਲੂੰਗਾ ਮੈਂ, ਕਿ ਲੈ ਕੇ ਬਾਈ ਮੇਰੀ ਮੈਂ, ਹਾਂ ਮੈਂ ਲੈ ਲਿਆ ਤਾਈ। ਕੁਲਦੀਪ ਕੌਰੇ ਇਹਦਾ ਸਮੀਂ ਦੱਸੂਗਾ ਕਿ ਦਾਜ ਨਾਲ ਘਰ ਕੌਣ ਭਰਦਾ ਗਾ। ਬਾਕੀ ਮਨਪ੍ਰੀਤ ਵੀ ਸਿਆਣੀ ਹੈ, ਉਹ ਕੀ ਕਦਮ ਉਹ ਇਹਦਾ ਕਰਮ ਵਾਲੀ ਬੱਚੀ ਹੈ। ਠੀਕ ਹੈ, ਇਹਦੇ ਕਰਕੇ ਜਾਂਦੇ ਆਪਾਂ। ਚੰਗਾ ਫਿਰ ਆ ਜੀ ਟਾਈਮ ਨਾਲ। ਠੀਕ ਹੈ ਠੀਕ ਹੈ, ਚੰਗਾ ਚੰਗਾ, ਠੀਕ ਹੈ ਠੀਕ ਹੈ। ਲੈ ਇਹ ਤਾਂ ਤੇਰਾ ਬੰਦ ਵੀ ਹੋ ਗਿਆ। ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ? ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਅਤੇ ਕਿਹਦੀ ਐਕਟਿੰਗ ਸਭ ਤੋਂ ਜ਼ਿਆਦਾ ਕਹਿਣ ਲੱਗੀ ਉਹ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਦਿਓ, ਅਤੇ ਆਪਾਂ ਇਕੱਲੇ ਇਕੱਲੇ ਕਮੈਂਟ ਦਾ ਰਿਪਲਾਈ ਕਰਾਂਗੇ। ਚੱਲ ਜੇ ਨਾ ਵੀ ਹੋਇਆ ਲਾਈਕ ਜ਼ਰੂਰ ਕਰਾਂਗੇ, ਹੈ ਨਾ। ਅਤੇ ਦੂਜਾ ਨੋਟੀਫਿਕੇਸ਼ਨ ਇਹ ਆ ਵੀ ਇਸੇ ਸੀਰੀਜ਼ ਦਾ ਨੈਕਸਟ ਪਾਰਟ ਆਪਣਾ ਆਊਗਾ 6 ਤਰੀਕ ਨੂੰ, ਤੁਸੀਂ ਇੱਦਾਂ ਹੀ ਬਣੇ ਰਹੋ ਅਤੇ ਆਪਦਾ ਪਿਆਰ ਐਵੇਂ ਹੀ ਬਣਾਈ ਰੱਖਿਓ ਆਪਣੇ ਨਾਲ। ਅਤੇ ਦੂਜਾ ਇਹ ਵੀ ਫੇਸਬੁੱਕ ਪੇਜ ਨੂੰ ਆਪਣੇ ਨੂੰ ਫੋਲੋ ਜ਼ਰੂਰ ਕਰ ਲਿਓ, ਉਹਦਾ ਨੇਮ ਵੀ ਆਪਣਾ ਸੇਮ ਹੀ ਆ, ਮਨਪ੍ਰੀਤ ਬਰਾੜ, ਉਹਦੇ 'ਤੇ ਵੀ ਆਪਣੀਆਂ ਮੂਵੀਜ਼ ਐਵੇਂ ਹੀ ਆਉਂਦੀਆਂ ਨੇ। ਉਹਨਾਂ ਨੂੰ ਵੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ। ਥੈਂਕ ਯੂ।